हेलो गाइस, वेलकम बैक टू गिल्ज मेंटोर ई लर्निंग प्लेटफॉर्म सार्यान प्यार भरी सत श्री अकाल ਬੜੇ ਗੁੱਡ ਆਫਟਰਨੂੰ ਟੂ ਆਲ ਆਫ ਯੂ ਦੋਸਤੋ ਆਈ ਹੋਪ ਤੁਸੀਂ ਸਭ ਲੋਕ ਠੀਕ ਠਾਕ ਹੋਵੋਗੇ ਇਸ ਕਰੋਨਾ ਦੀ ਕੰਡੀਸ਼ਨ ਦੇ ਵਿੱਚ ਦੋਸਤੋ ਜਿੰਨਾ ਹੋ ਸਕੇ ਆਪਦੇ ਘਰ ਰਹੋ ਠੀਕ ਹੈ ਬਹੁਤ ਜ਼ਿਆਦਾ ਐਮਰਜੈਂਸੀ ਹੋਣ ਤੇ ਹੀ ਘਰੋਂ ਬਾਹਰ ਨਿਕਲੋ ਠੀਕ ਹੈ ਘਰ ਬੈਠ ਕੇ ਵਧੀਆ ਆਪਦੀ ਪ੍ਰੈਪਰੇਸ਼ਨ ਕਰੋ ਠੀਕ ਹੈ ਐਗਜ਼ਾਮ ਤੁਹਾਡੇ ਹੋਣਗੇ ਦੋਸਤੋ ਪੀਐਸਟੀਸੀਐਲ ਤੇ ਕੋਆਪਰੇਟਿਵ ਬੈਂਕ ਦੀਆਂ ਵੈਕੈਂਸੀਆਂ ਆਊਟ ਹੋ ਚੁੱਕੀਆਂ ਨੇ ਜਲਦ ਹੀ ਤੁਹਾਡੇ ਸਾਹਮਣੇ ਜੇਲਡ ਵਾਰਡਨ ਪੰਜਾਬ ਪੁਲਿਸ ਤੇ ਆਪਣਾ ਆਪਾਂ ਕਹਿੰਦੇ ਹਾਂ ਕਿ ਐਕਸਾਈਜ਼ ਇੰਸਪੈਕਟਰ ਦੀਆਂ ਵੈਕੈਂਸੀਆਂ ਆਊਟ ਹੋਣ ਵਾਲੀਆਂ ਨੇ 50 ਪਲੱਸ ਵੈਕੈਂਸੀਆਂ ਹੋਣਗੀਆਂ ਐਕਸਾਈਜ਼ ਇੰਸਪੈਕਟਰ ਦੀਆਂ ਠੀਕ ਹੈ ਤਾਂ ਦੋਸਤੋ ਅਗਰ ਆਪਾਂ ਗੱਲ ਕਰੀਏ ਤਾਂ ਆਈ ਦੀ ਵੀਡੀਓ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਠੀਕ ਹੈ ਦੋਸਤੋ ਉਸ ਤੋਂ ਪਹਿਲਾਂ ਅਗਰ ਤੁਸੀਂ ਆਪਣਾ ਕੋਆਪਰੇਟਿਵ ਬੈਂਕ ਦਾ ਜਿਹੜਾ ਕੋਰਸ ਹੈ ਉਹ ਹਲੇ ਤੱਕ ਜੁਆਇਨ ਨਹੀਂ ਕੀਤਾ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਗਾਇਜ਼ ਅੱਜ ਤੋਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਕਿ ਅੱਜ ਤੋਂ ਯਾਨੀ ਕਿ 1 ਮਈ ਤੋਂ ਆਪਣਾ ਕੋਆਪਰੇਟਿਵ ਬੈਂਕ ਦੇ ਵਾਸਤੇ ਫੁੱਲ ਫਰੈਸ਼ ਬੈਚ ਜਿਹੜਾ ਹੈ ਉਹ ਸਟਾਰਟ ਹੋ ਚੁੱਕਿਆ ਹੈ ਦੋਸਤੋ ਤੁਸੀਂ ਜਿਹੜੀ ਆਪਣੀ ਪੇ ਕਰਨੀ ਹੈ ਇਹਦੀ ਫੀਸ ਉਹ ਸਿਰਫ ਹੈਗੀ ਹੈ ਆਪਣੀ 1600 ਠੀਕ ਹੈ ਮਤਲਬ ਕਿ 1600 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਜਿਹੜਾ ਕੋਆਪਰੇਟਿਵ ਬੈਂਕ ਦਾ ਕੋਰਸ ਜਿਹੜਾ ਹੈ ਉਹ ਮਿਲ ਰਿਹਾ ਹੈ ਦੋਸਤੋ 1600 ਰੁਪਿਆ ਕੁਝ ਵੀ ਨਹੀਂ ਹੈਗਾ ਠੀਕ ਹੈ ਤੁਸੀਂ ਮਤਲਬ ਆਲਮੋਸਟ ਸਾੜੇ ਆਨੇ ਕੀ ਹੈ ਇਹਨੂੰ ਅਫੋਰਡ ਕਰ ਸਕਦੇ ਆ ਠੀਕ ਹੈ ਕਿਉਂਕਿ ਗਾਇਜ਼ ਠੀਕ ਹੈ ਅਗਰ ਆਪਾਂ ਆਪਣੇ ਫਿਊਚਰ ਤੇ ਇਨਵੈਸਟਮੈਂਟ ਤਾਂ ਕਰੀ ਸਕਦੇ ਆ ਨਾ ਇਹ ਇੱਕ ਤਰ੍ਹਾਂ ਦੀ ਤੁਹਾਡੀ ਕੀ ਹੈ ਇਨਵੈਸਟਮੈਂਟ ਹੀ ਹੈ ਠੀਕ ਹੈ ਦੋਸਤੋ ਬਹੁਤ ਹੀ ਵਧੀਆ ਫੀਡਬੈਕ ਆ ਰਿਹਾ ਹੈ ਹੁਣ ਤੱਕ ਜਿਨ੍ਹਾਂ ਨੇ ਵੀ ਇਹਨੂੰ ਜੁਆਇਨ ਕੀਤਾ ਹੈ ਠੀਕ ਹੈ ਤਾਂ ਕਰਕੇ ਕੀ ਹੈ ਤੁਸੀਂ ਵੀ ਜਲਦ ਤੋਂ ਜਲਦ ਜੁਆਇਨ ਕਰ ਲਓ ਸਿਰਫ 1600 ਰੁਪਏ ਦੇ ਵਿੱਚ ਤੁਸੀਂ ਕੀ ਹੈ ਆਪਣੀ ਐਪ ਦੇ ਉੱਪਰ ਜਾਣਾ ਹੈ ਠੀਕ ਹੈ ਆਪਣੀ ਗਿਲਜ ਮੈਂਟਰ ਦੀ ਐਪ ਨੂੰ ਪਲੇ ਸਟੋਰ ਤੋਂ ਕਰਨਾ ਹੈ ਡਾਊਨਲੋਡ ਇੰਸਟਾਲ ਕਰਨਾ ਹੈ ਤੇ ਉਹਦੇ ਉੱਪਰ ਕੀ ਹੈ ਤੁਹਾਨੂੰ ਕੋਆਪਰੇਟਿਵ ਬੈਂਕ ਦਾ ਜਿਹੜਾ ਕੋਰਸ ਹੈਗਾ ਉਹ ਤੁਹਾਨੂੰ ਮਿਲ ਜੇਗਾ ਠੀਕ ਹੈ ਸਿਰਫ 1600 ਰੁਪਏ ਦੇ ਵਿੱਚ ਉਸ ਤੋਂ ਇਲਾਵਾ ਵੀ ਅਗਰ ਤੁਹਾਨੂੰ ਕੋਈ ਡਾਊਟ ਆਉਂਦਾ ਹੈ ਤਾਂ 9041043677 ਤੇ ਤੁਸੀਂ ਲਿਖ ਕੇ ਭੇਜੋ ਕੀ ਆਈ ਵਾਂਟ ਕੋਆਪਰੇਟਿਵ ਬੈਂਕ ਕੋਰਸ ਠੀਕ ਹੈ ਤਾਂ ਕਿ ਇਹ ਤੁਹਾਨੂੰ ਦੋਸਤੋ ਕੰਪਲੀਟ ਦੱਸਿਆ ਜਾਏਗਾ ਠੀਕ ਹੈ ਇਹਦੇ ਬਾਰੇ ਦੋਸਤੋ ਉਸ ਤੋਂ ਇਲਾਵਾ ਆਪਣੇ ਕੋਲ ਇੱਕ ਹੋਰ ਵੱਡੀ ਖੁਸ਼ਖਬਰੀ ਇਹ ਆਈ ਹੈ ਕਿ ਅਗਰ ਤੁਸੀਂ ਅੱਜ ਦੋਸਤੋ ਐਂਟੀਟੀ ਜਾਂ ਫਿਰ ਪੰਜਾਬ ਪਟਵਾਰੀ ਦੀ ਆਪਣੀ ਜਿਹੜੀ ਈ-ਬੁੱਕ ਹੈਗੀ ਹੈ ਠੀਕ ਹੈ ਜੋ ਤੁਸੀਂ ਮਤਲਬ ਕੱਰ ਬੈਠ ਕੇ ਮੰਗਵਾ ਸਕਦੇ ਹੋ ਫ੍ਰੀ ਆਫ ਕੋਸ ਤੁਹਾਨੂੰ ਕੀ ਹੈ ਦੋਸਤੋ ਹੋਮ ਡਿਲੀਵਰੀ ਹੋਵੇਗੀ ਦੋਸਤੋ ਆਪਾਂ ਜਾਣਦੇ ਹਾਂ ਕਿ ਇਹਦੇ ਜਿਹੜੀ ਆਪਣੀ ਕੋਸਟ ਹੈਗੀ ਸੀ ਉਹ 499 ਸੀਗੀ ਠੀਕ ਹੈ ਦੋਸਤੋ ਬਟ ਅਗਰ ਤੁਸੀਂ ਅੱਜ ਇਹਨੂੰ ਕਰੋਗੇ ਆਰਡਰ ਕਰ ਬੈਠ ਕੇ ਠੀਕ ਹੈ ਤੁਸੀਂ ਕੀ ਹੈ ਸਿਰਫ 450 ਹੀ ਪੇ ਕਰਨੀ ਹੈ ਸਿਰਫ 450 ਦੇ ਵਿੱਚ ਤੁਸੀਂ ਦੋਸਤੋ ਲੈ ਜਾਓ ਬੁੱਕਸ ਠੀਕ ਹੈ ਦੋਵੇਂ ਬਿਲਕੁਲ ਫ੍ਰੀ ਆਫ ਕੋਸ ਤੁਹਾਨੂੰ ਕੀ ਹੈ ਹੋਮ ਡਿਲੀਵਰੀ ਹੋਵੇਗੀ ਠੀਕ ਹੈ ਗਾਈਜ਼ ਆਪਣੀ ਇੰਗਲਿਸ਼ મેન્ટੋਰ ਪਬਲਿਕੇਸ਼ਨ.com ਤੇ ਜਾ ਕੇ ਕੀ ਹੈ ਤੁਸੀਂ ਇਹਨੂੰ ਕੀ ਹੈ ਆਰਡਰ ਕਰ ਸਕਦੇ ਹੋ ਆਪਣੀ ਬੁੱਕਸ ਨੂੰ ਠੀਕ ਹੈ ਬਾਕੀ ਆਪਣੇ ਪੀਐਸਟੀਸੀਐਲ ਪੀਐਸਬੀਸੀਐਲ ਦਾ ਆਪਣਾ ਜਿਹੜਾ ਕੋਰਸ ਹੈ ਉਹ ਵੀ ਅਵੇਲੇਬਲ ਹੈ ਜਾ ਕੇ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਵੈਕੈਂਸੀਆਂ ਆਊਟ ਹੋਈਆਂ ਨੇ ਠੀਕ ਹੈ ਗਾਈਜ਼ ਤਾ ਦੋਸਤੋ ਅੱਜ ਦੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਆਪਾਂ ਪੰਜਾਬ ਜੀਕੇ ਦੀ ਕਲਾਸ ਨੰਬਰ 5th ਕਰਦੇ ਆਂ ਇਸ ਤੋਂ ਪਹਿਲਾਂ ਹੋ ਚੁੱਕੀਆਂ ਕਲਾਸਾਂ ਅਗਰ ਤੁਸੀਂ ਨਹੀਂ ਦੇਖੀਆਂ ਤਾਂ ਉਹ ਵੀ ਆਪਣੇ ਚੈਨਲ ਦੇ ਉੱਪਰ ਜਾ ਕੇ ਦੋਸਤੋ ਚੈੱਕ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਪਲੇਲਿਸਟ ਮਿਲ ਜਾਏਗੀ ਠੀਕ ਹੈ ਜੀਕੇ ਬਾਈ ਵਿਸ਼ਾਲ ਜਾਂ ਫਿਰ ਕੋਆਪਰੇਟਿਵ ਬੈਂਕ ਪਲੱਸ ਜੇਲਿ ਵਾਰਡਨ ਐਗਜ਼ਾਮ ਜਿਹੜਾ ਇਹਦੀ ਪਲੇ ਪਲੇਲਿਸਟ ਮਿਲ ਜਾਏਗੀ ਠੀਕ ਹੈ ਦੋਸਤੋ ਅੱਜ ਦੀ ਆਪਣੀ ਜਿਹੜੀ ਕਲਾਸ ਲੱਗੀ ਹੈ ਉਹ ਤੁਹਾਡੇ ਆਉਣ ਵਾਲੇ ਹਰ ਐਗਜ਼ਾਮ ਦੇ ਵਾਸਤੇ ਹਰ ਪੰਜਾਬ ਐਗਜ਼ਾਮ ਦੇ ਵਾਸਤੇ ਕਿ ਹੈ ਬੈਨੀਫੀਸ਼ੀਅਲ ਹੈ ਠੀਕ ਹੈ ਇਸ ਕਰਕੇ ਤੁਸੀਂ ਇਹ ਡਾਊਟ ਬਿਲਕੁਲ ਨਿਕਾਲ ਦੋ ਆਪਦੇ ਮਨ ਦੇ ਵਿੱਚੋਂ ਕਿ ਮਤਲਬ ਇਹ ਜਿਹੜੇ ਕੁਐਸਚਨ ਹੈ ਉਹ ਆਪਣੇ ਪੰਜਾਬ ਪਟਵਾਰੀ ਵਾਸਤੇ ਨਹੀਂ ਹੈਗੇ ਜਾਂ ਕੋਆਪਰੇਟਿਵ ਬੈਂਕ ਵਾਸਤੇ ਹੈਗੇ ਆ ਠੀਕ ਹੈ ਜਿੰਦੇ ਵਿੱਚ ਵੀ ਪੰਜਾਬ ਜੀਕੇ ਆਏਗੀ ਉਹਦੇ ਵਾਸਤੇ ਇਹ ਬੈਨੀਫੀਸ਼ੀਅਲ ਹੈ ਠੀਕ ਹੈ ਕਾਫੀ ਈਜ਼ੀ ਕੁਐਸਚਨ ਵੀ ਹੋਣਗੇ ਠੀਕ ਹੈ ਹਾਈ ਲੈਵਲ ਦੇ ਕੁਐਸਚਨ ਵੀ ਆਪਾਂ ਲੈ ਕੇ ਆਵਾਂਗੇ ਠੀਕ ਹੈ ਕਿਉਂਕਿ ਆਪਾਂ ਸਭ ਨੂੰ ਕੀ ਹੈ ਨਾਲ ਲੈ ਕੇ ਚੱਲਣਾ ਹੈ ਗਾਈਜ਼ ਅੱਛਾ ਹੁਣ ਤੁਹਾਨੂੰ ਕੀ ਹੈ 1 ਮਿੰਟ ਦਿੱਤਾ ਜਾਂਦਾ ਹੈ ਫਟਾਫਟ ਲਾਈਕ ਕਰ ਦੋ 105 ਜਣੇ ਤੁਸੀਂ ਲਾਈਵ ਹੋ ਚੁੱਕੇ ਹੋ ਬਟ ਜਿਹੜੇ ਲਾਈਕ ਹੈ ਉਹ ਸਿਰਫ 2 ਗਾਈਜ਼ ਦੇਖੋ ਤੁਹਾਨੂੰ ਅਗਰ ਬੈਨੀਫਿਟ ਹੋ ਰਿਹਾ ਹੈ ਤਾਂ ਤੁਸੀਂ ਲਾਈਕ ਕਰਨ ਦੇ ਵਿੱਚ ਕੁਝ ਹਰਜ ਨਹੀਂ ਹੈਗਾ ਠੀਕ ਹੈ ਲਾਈਕ ਕਰੋ ਗਾਈਜ਼ ਤੇ ਆਪਦੇ ਦੋਸਤ ਮਿੱਤਰਾਂ ਦੇ ਨਾਲ ਅਗਰ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਆਪਦੇ ਦੋਸਤ ਮਿੱਤਰਾਂ ਨੂੰ ਤਾਂ ਕਿ ਇਹ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਤੁਸੀਂ ਉਹਨਾਂ ਨਾਲ ਸ਼ੇਅਰ ਕਰੋ ਠੀਕ ਹੈ ਜਿੰਨਾ ਹੋ ਸਕੇ ਤਾਂ ਆਪਾਂ ਸਟਾਰਟ ਕਰਦੇ ਹਾਂ 28 ਲਾਈਕ ਹੋਏ ਹੈ ਸਿਰਫ ਠੀਕ ਹੈ ਤਾਂ ਦੋਸਤੋ ਅਗਰ ਆਪਾਂ ਗੱਲ ਕਰੀਏ ਪਹਿਲਾ ਕੁਸ਼ਚਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਵੈਰੀ ਇੰਪੋਰਟੈਂਟ ਹੂ ਵਾਸ ਮੇਡ ਦਾ ਰੇਜੈਂਟ ਆਫ ਪੰਜਾਬ ਸਟੇਟ ਬਾਈ ਟ੍ਰੀਟੀ ਆਫ ਲਾਹੌਰ ਦੋਸਤੋ ਜਦੋਂ ਪੰਜਾਬ ਦੇ ਵਿੱਚ ਟ੍ਰੀਟੀ ਆਫ ਲਾਹੌਰ ਦੋਸਤੋ ਆਪਾਂ ਜਾਣਦੇ ਆ ਆਪਣਾ ਐਂਗਲੋਵਾਰਡ ਦੇ ਵਿੱਚ ਸਿੱਖ ਐਂਗਲੋਵਾਰਡ ਦੇ ਵਿੱਚ ਦੋਸਤੋ 1846 ਦੇ ਵਿੱਚ ਜਿਹੜੀ ਹੈ ਆਪਣੇ ਟੀਟੀ ਆਫ ਲਾਹੌਰ ਹੋਈ ਸੀ ਠੀਕ ਹੈ ਉਸਦੇ ਆਪਾਂ ਦੱਸਣਾ ਹੈ ਕਿ ਉਸ ਟਾਈਮ ਪੰਜਾਬ ਦਾ ਰੇਜੈਂਟ ਕੌਣ ਸੀਗਾ ਰੇਜੈਂਟ ਠੀਕ ਹੈ ਤਾਂ ਆਪਾਂ ਅਗਰ ਗੱਲ ਕਰੀਏ ਆਪਣੇ ਆਪਸ਼ਨ ਹੈਗੇ ਆ ਰਣਜੀਤ ਸਿੰਘ ਚਤਰ ਸਿੰਘ ਅਤਰੀਵਾਲ ਰਾਣੀ ਜਿੰਦਾ ਜਾਂ ਫਿਰ ਬਦਨ ਸਿੰਘ ਠੀਕ ਹੈ ਤਾਂ ਦੋਸਤੋ ਦੇਖੋ ਕਾਫੀ ਜਣੇ ਜਿਹੜੇ ਆ ਉਹ ਜਿਹੜਾ ਆਨਸਰ ਹੈ ਉਹ ਗਲਤ ਦੇ ਰਹੇ ਆ हां जी अमरीक सिंह जी बोथ लैंग्वेज विच मिल जाएगी देखो सारे ने तुसी किया है ऑप्शन नंबर फर्स्ट लगा रहे हो पर जो कि ये बिल्कुल गलत है तुसी क्वेश्चन नु ध्यान नाल समझा नहीं हैगा ठीक है इनते विच दोस्तों रीजेंट पूछा गया है रीजेंट ऑप्शन नंबर सी आएगा राइट आंसर करमजीत संधू वेरी गुड बृजमोहन वेरी गुड दोस्तों तुसी कंफ्यूज हो रहे हो इनदे विच रीजेंट पूछा गया है ठीक है त इनका अपना आंसर रानी जिंदा आएगा रानी जिंदा ठीक है ਇਥੇ ਕੱਲ ਹੋ ਰਹੀ ਹੈ ਟ੍ਰੀਟੀ ਆਫ ਲਾਹੌਰ ਦੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜਿੰਨੇ ਵੀ ਆਪਸ਼ਨ ਨੰਬਰ 1 ਲਗਾ ਰਿਹਾ ਹੈ ਉਹਨਾਂ ਦਾ ਆਨਸਰ ਬਿਲਕੁਲ ਗਲਤ ਹੈ ਧਿਆਨ ਨਾਲ ਨੋਟ ਕਰ ਲਓ ਟ੍ਰੀਟੀ ਆਫ ਲਾਹੌਰ ਦੇ ਟਾਈਮ ਤੇ ਆਪਣਾ ਪੰਜਾਬ ਦਾ ਰੇਜੈਂਟ ਰਾਣੀ ਜਿੰਦਾ ਸੀਗੀ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਤਾਂ ਇਹ ਕੀ ਹੈ ਦੋਸਤੋ ਇਸ ਦੇ ਅਕੋਰਡਿੰਗ ਆਪਣੀ ਟ੍ਰੀਟੀ ਆਫ ਲਾਹੌਰ ਦੇ ਅਕੋਰਡਿੰਗ ਕੀ ਹੈ ਇਹਨਾਂ ਨੇ ਕੀ ਹੈ ਆਪਣੇ ਅੰਗਰੇਜ਼ਾਂ ਨੂੰ 1.5 ਲੱਖ ਰੁਪਿਆ ਜਿਹੜਾ ਐਨਿਊਅਲ ਪੈਨਸ਼ਨ ਦੇਣੀ ਸੀ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੈ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਰਿਪਲੇਸਡ ਬਾਇ ਕੌਂਸਲ ਆਫ ਰੈਜੈਂਸੀ ਕੰਪੋਸਟ ਆਫ ਲੀਡਿੰਗ ਚੀਫਸ ਐਂਡ ਸਿਰਦਾਰਸ ਐਕਟਿੰਗ ਅੰਡਰ ਦਾ ਕੰਟਰੋਲ ਐਂਡ ਗਾਈਡੈਂਸ ਆਫ ਦਾ ਬ੍ਰਿਟਿਸ਼ ਰੈਜੈਂਸੀ ਮਤਲਬ ਕਿ ਜਿੰਨਾ ਵੀ ਦੋਸਤੋ ਆਪਾਂ ਨੂੰ ਪਤਾ ਹੈ ਕਿ ਉਸ ਤੋਂ ਬਾਅਦ ਕੀ ਹੈ ਜਦੋਂ ਆਪਣਾ ਸਿੱਖ ਮਤਲਬ ਹਾਰ ਗਏ ਸੀਗੇ ਵਾਰ ਨੂੰ ਤਾਂ ਬ੍ਰਿਟਿਸ਼ ਦੇ ਅੰਡਰ ਕੀ ਹੈ ਸਭ ਕੁਝ ਆ ਗਿਆ ਸੀਗਾ ਉਸ ਟਾਈਮ ਦੋਸਤੋ ਜਿਹੜੀ ਰੈਜੈਂਟ ਹੈਗੀ ਹੈ ਉਹ ਰਾਣੀ ਜਿੰਦਾਂ ਨੂੰ ਬਣਾਇਆ ਗਿਆ ਸੀਗਾ ਠੀਕ ਹੈ ਰਣਜੀਤ ਸਿੰਘ ਨਹੀਂ ਆਏਗਾ ਆਨਸਰ ਤੁਸੀਂ ਸਾਰਿਆਂ ਨੇ ਕੀ ਹੈ ਦੋਸਤੋ ਆਨਸਰ ਰਣਜੀਤ ਸਿੰਘ ਲਗਾ ਰਹੇ ਹੋ ਪਰ ਤੁਸੀਂ ਕੁਸ਼ਣ ਨੂੰ ਸੈਪਸ ਧ ਧਿਆਨ ਨਾਲ ਨੋਟ ਕਰ ਲਓ ਰਾਣੀ ਜਿੰਤਾ ਇਜ਼ ਦਾ ਰਾਈਟ ਅਨਸਰ ਹੈ ਠੀਕ ਹੈ ਰੀਜੈਂਟ ਪੁੱਛਿਆ ਗਿਆ ਹੈ ਠੀਕ ਹੈ ਅੱਛਾ ਹਾਂਜੀ ਅਗਰ ਆਪਾਂ ਦੋਸਤੋ ਗੱਲ ਕਰੀਏ ਆਪਣਾ ਨੈਕਸਟ ਕੁਸ਼ਚਨ ਦੇ ਵੱਲ ਤਾਂ ਆਪਾਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਮੂਵਮੈਂਟ ਨੂੰ ਨਾਮਦਾੜੀ ਮਿਸ਼ਨ ਦੇ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਵਿੱਚ ਮੂਵਮੈਂਟ ਨੋਨ ਐਜ਼ ਨਾਮਦਾੜੀ ਮਿਸ਼ਨ ਠੀਕ ਹੈ ਕਿਹੜੀ ਲਹਿਰ ਨਾਮਦਾੜੀ ਮਿਸ਼ਨ ਦੇ ਵਜੋਂ ਜਾਣੀ ਜਾਂਦੀ ਹੈ ਠੀਕ ਹੈ ਕੋਕਾ ਮੂਵਮੈਂਟ ਖিলাਫਤ ਮੂਵਮੈਂਟ ਰਾਧਾ ਸੁਆਮੀ ਮੂਵਮੈਂਟ ਜਾਂ ਫਿਰ ਸਤਵਾਰੀ ਮੂਵਮੈਂਟ ਠੀਕ ਹੈ ਤਾਂ ਦੋਸਤੋ ਅਗਰ ਆਪਾਂ ਗੱਲ ਕਰੀਏ ਹਾਂਜੀ ਬ੍ਰਿਜ ਮੋਹਨ ਜੀ 1809 ਦੇ ਵਿੱਚ ਕੀ ਹੈ ਆਪਣੀ ਟਿਟਰੀ ਆਫ ਅੰਮ੍ਰਿਤਸਰ ਹੋਈ ਸੀ ਠੀਕ ਹੈ ਤੇ ਟਿਟਰੀ ਆਫ ਲਾਹੌਰ ਹੋਈ ਸੀ 1846 ਦੇ ਵਿੱਚ ਠੀਕ ਹੈ ਇਹ ਕੁਐਸਚਨ ਤੁਸੀਂ ਕੀ ਹੈ ਧਿਆਨ ਰੱਖਣਾ ਹੈ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਦੂਸਰੇ ਤਾਂ ਆਨਸਰ ਕਾਫੀ ਜਾਨਾ ਈਜ਼ੀ ਹੈ ਠੀਕ ਹੈ ਇਹ ਕੁਐਸਚਨ ਤੁਹਾਡਾ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਆਪਸ਼ਨ ਨੰਬਰ 1st ਇਜ਼ ਦਾ ਰਾਈਟ ਆਨਸਰ ਕੁੱਕਾ ਮੂਵਮੈਂਟ ਨੂੰ ਦੋਸਤੋ ਆਪਾਂ ਹੋਰ ਕੀ ਆਖਦੇ ਹਾਂ ਨਾਮਤਾਰੀ ਮੂਵਮੈਂਟ ਵੀ ਆਪਾਂ ਆਖਦੇ ਹਾਂ ਕੁੱਕਾ ਮੂਵਮੈਂਟ ਨੂੰ ਠੀਕ ਹੈ ਧਿਆਨ ਨਾਲ ਨੋਟ ਕਰ ਲਓ ਆਪਸ਼ਨ ਨੰਬਰ 1 ਰਾਈਟ ਆਨਸਰ ਅਗਰ ਆਪਾਂ ਦੋਸਤੋ ਗੱਲ ਕਰੀਏ ਤਾਂ ਇਹ ਕੀ ਸੀਗਾ ਨਾਮ ਤਾਰੀ ਮੂਵਮੈਂਟ ਵਾਸ ਆਲਸੋ ਨੋਨ ਐਸ ਕੂਕਾ ਮੂਵਮੈਂਟ ਠੀਕ ਹੈ ਦਾ ਮੂਵਮੈਂਟ ਵਾਸ ਫਾਊਂਡਡ ਬਾਈ ਬਾਬਾ ਬਾਲਕ ਸਿੰਘ ਦੋਸਤੋ ਇਸ ਜਿਹੜੀ ਮੂਵਮੈਂਟ ਹੈ ਇਸ ਨੂੰ ਕਿਸ ਦੇ ਦੁਆਰਾ ਜਿਹੜਾ ਹੈ ਫਾਊਂਡ ਕੀਤਾ ਗਿਆ ਸੀਗਾ ਐਂਡ ਦੇ ਫਾਊਂਡਰ ਕੌਣ ਸੀਗੇ ਬਾਬਾ ਬਾਲਕ ਸਿੰਘ ਜੀ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਉਹਨਾਂ ਦੇ ਨਾਲ ਹੋਰ ਕੌਣ ਸੀਗਾ ਭਗਤ ਜਵਾਹਰ ਮਲ ਜੀ ਠੀਕ ਹੈ ਦੋਸਤੋ ਅਗਰ ਆਪਾਂ ਗੱਲ ਕਰੀਏ ਜਿਹੜੀ ਮੇਨ ਇਹਦੇ ਲੀਡਰ ਸੀਗੇ ਮਤਲਬ ਇਹਦੇ ਆਪਾਂ ਕਹਿ ਸਕਦੇ ਆ ਕਿ ਨੇ ਜਿਹੜੇ ਮੇਨ ਪ੍ਰੈਜ਼ੀਡੈਂਟ ਸੀਗੇ ਠੀਕ ਹੈ ਉਹ ਸੀਗੇ ਦੋਸਤੋ ਬਾਬਾ ਰਾਮ ਸਿੰਘ ਜੀ ਠੀਕ ਹੈ ਤੁਹਾਨੂੰ ਕੁਐਸਚਨ ਦੋਸਤੋ ਜਿਹੜਾ ਆਪਣਾ ਫਾਊਂਡਰ ਆ ਸਕਦਾ ਹੈ ਫਾਊਂਡਰ ਕੌਣ ਹੈ ਬਾਲਕ ਸਿੰਘ ਜੀ ਤੇ ਇਹਦਾ ਜਿਹੜਾ ਮੇਨ ਲੀਡਰ ਹੈਗੇ ਆ ਉਹ ਕੌਣ ਹੈ ਉਹ ਹੈਗੇ ਆਪਣੇ ਬਾਬਾ ਰਾਮ ਸਿੰਘ ਜੀ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਉਹ ਸਿੱਖ ਆੜਮੀ ਦੇ ਇੱਕ ਸੋਲਜਰ ਸੀਗੇ ਬਹੁਤ ਵੱਡੇ ਠੀਕ ਹੈ ਇਹ ਗੱਲ ਤੁਸੀਂ ਪੱਕਾ ਧਿਆਨ ਰੱਖਣਾ ਹੈ ਠੀਕ ਹੈ ਤਾਂ ਇਹ ਦੋ ਕੁਐਸਚਨ ਤੁਹਾਨੂੰ ਆ ਸਕਦੇ ਆ ਫਾਊਂਡਰ ਕੌਣ ਸੀਗਾ ਬਾਲਕ ਸਿੰਘ ਜੀ ਤੇ ਮੇਨ ਲੀਡਰ ਕੌਣ ਸੀਗਾ ਮਤਲਬ ਕਿ ਆਪਣਾ ਪ੍ਰੈਜ਼ੀਡੈਂਟ ਆਪਾਂ ਹਾਂਜੀ ਤਾਂ ਅਗਰ ਆਪਾਂ ਦੋਸਤੋ ਗੱਲ ਕਰੀਏ ਦੇਖੋ ਆਪਸ ਦੇ ਵਿੱਚ ਕੀ ਹੈ ਗੱਲਾਂ ਨਾ ਮਾਰੋ ਠੀਕ ਹੈ ਅਗਰ ਤੁਹਾਡੇ ਸਾਹਮਣੇ ਕੁਐਸਚਨ ਆ ਰਿਹਾ ਹੈ ਤਾਂ ਸਿਰਫ ਉਸ ਕੁਐਸਚਨ ਦੇ ਵੱਲ ਧਿਆਨ ਦਿਓ ਠੀਕ ਹੈ ਜਿਆਦਾ ਗੱਲਾਂ ਨਹੀਂ ਮਾਰਨੀਆਂ ਆਪਸ ਦੇ ਵਿੱਚ ਓਕੇ ਤਾਂ ਅਗਰ ਆਪਾਂ ਗੱਲ ਕਰੀਏ 3rd ਕੁਐਸਚਨ ਦੇ ਵੱਲ ਆ ਗਿਆ गाइस ਦੇਖੋ 3rd ਕੁਐਸਚਨ ਮੈਂ ਤੁਹਾਨੂੰ ਜਾਣ ਬੁੱਝ ਕੇ ਹੀ ਲੈ ਕੇ ਆਇਆ 3rd ਕੁਐਸਚਨ ਦੇ ਵਿੱਚ ਕਿ ਕੁਪਾ ਮੂਵਮੈਂਟ ਦਾ ਹੈਡ ਕੌਣ ਸੀਗਾ ਮਤਲਬ ਕਿ ਦੇਖੋ ਆਪਾਂ ਪਿੱਛੇ ਹੁਣੇ ਪੜ੍ਹ ਕੇ ਆਏ ਆਂ ਬਟ ਆਪਾਂ ਨੂੰ ਐਮਸੀਕਿਊ ਕਿਸ ਤਰ੍ਹਾਂ ਦੇ ਆ ਸਕਦੇ ਐ एग्जाम ਦੇ ਵਿੱਚ ਤਾਂ ਉਹਦੇ ਬਾਰੇ ਆਪਾਂ ਨੂੰ ਕੀ ਹੈ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਆਪਾਂ ਦੱਸਣਾ ਹੈ ਕਿ ਹੂ ਵਾਸ ਹੈਡ ਆਫ ਕੁਕਾ ਮੂਵਮੈਂਟ ਤੇ ਆਪਾਂ ਹੁਣੇ ਪਿੱਛੇ ਦੋਸਤੋ ਪੜ੍ਹ ਕੇ ਆਏ ਆ ਤਾਂ ਆਪਾਂ ਨੂੰ ਕੀ ਹੈ ਆਪਾਂ इजीली ਕੁਐਸਚਨ ਦਾ ਕੀ ਹੈ ਜਵਾਬ ਦੇ ਪਾਵਾਂਗੇ ਦੇਖੋ ਧਿਆਨ ਨਾਲ ਦੇਖਣਾ ਇੱਥੇ ਆਪਾਂ ਹੈਡ ਪੁੱਛਿਆ ਗਿਆ ਹੈ ਫਾਊਂਡਰ ਨਹੀਂ ਪੁੱਛਿਆ ਗਿਆ ਅਗਰ ਇੱਥੇ ਫਾਊਂਡਰ ਹੁੰਦਾ ਅਗਰ ਇੱਥੇ ਹੁੰਦਾ ਫਾਊਂਡਰ ਠੀਕ ਹੈ ਫਿਰ ਆਪਣਾ ਆਨਸਰ ਆਉਣਾ ਸੀਗਾ ਬਾਲਕ ਸਿੰਘ ਜੀ ਠੀਕ ਹੈ ਇੱਥੇ ਪੁੱਛਿਆ ਗਿਆ ਹੈ ਹੈਡ ਕੌਣ ਸੀਗਾ ਮਤਲਬ ਕਿ ਮੇਨ ਲੀਡਰ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਪਿੱ ਰਾਈਟ ਆਨਸਰ ਆਏਗਾ ਠੀਕ ਹੈ অপਸ਼ਨ ਨੰਬਰ 1st ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 1st ਇਸ ਦਾ ਰਾਈਟ ਆਨਸਰ ਹੈ ਠੀਕ ਹੈ ਹਲੇ ਵੀ ਕਿਸੇ ਦਾ ਗਲਤ ਨਹੀਂ ਆਣਾ ਚਾਹੀਦਾ ਆਨਸਰ ਹੈ ਓਕੇ ਤਾਂ ਅਗਰ ਆਪਾਂ ਗੱਲ ਦੋਸਤੋ ਗੱਲ ਕਰੀਏ ਜਿਹੜਾ ਰਾਮ ਸਿੰਘ ਜੀ ਨੇ ਮੇਨ ਲੀਡਰ ਮੰਨੇ ਜਾਂਦੇ ਆ ਕੁੱਕਰ ਮੂਵਮੈਂਟ ਦੇ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਆਪਣਾ ਪੰਜਾਬੀ ਸਾਹਿਤ ਅਕੈਡਮੀ ਜਿਹੜੀ ਆ ਦੋਸਤੋ ਉਹ ਇਹਨਾਂ ਵਿੱਚੋਂ ਕਿੱਥੇ ਹੈਗੀ ਹੈ ਆਪਾਂ ਇਹ ਦੱਸਣਾ ਹੈ ਕਿ ਜਿਹੜਾ ਪੰਜਾਬੀ ਸਾਹਿਤ ਅਕੈਡਮੀ ਹੈ ਉਹ ਇਹਨਾਂ ਵਿੱਚੋਂ ਕਿੱਥੇ ਹੈਗੀ ਹੈ ਪਟਿਆਲਾ ਨਿਊ ਦਿੱਲੀ ਜਲੰਧਰ ਜਾਂ ਫਿਰ ਚੰਡੀਗੜ੍ਹ ਪੰਜਾਬੀ ਸਾਹਿਤ ਅਕੈਡਮੀ ਠੀਕ ਹੈ ਦੱਸੋ ਆਪਣਾ ਕਿੱਥੇ ਹੈਗਾ ਹਾਂਜੀ ਫੋਰਥ ਕੁਐਸਚਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਫੋਰਥ ਦਾ ਜਵਾਬ ਦਿਓ ਚੌਥੇ ਦਾ ਪੰਜਾਬੀ ਸਾਹਿਤ ਅਕੈਡਮੀ ਕਿੱਥੇ ਹੈਗੀ ਹੈ ਇਹਨਾਂ ਵਿੱਚੋਂ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਰੁਪਿੰਦਰ ਕੋਟ ਉਹਨੂੰ ਮੈਂ ਕਹਿ ਰਿਹਾ ਸੀ ਨਾ ਸਟਾਰਟਿੰਗ ਦੇ ਵਿੱਚ ਹੀ ਕਿ ਜਿੰਦੇ ਵਿੱਚ ਵੀ ਪੰਜਾਬ ਜੀ ਕੇ ਆਂਦੀ ਹੈ ਚਾਹੇ ਪੰਜਾਬ ਦਾ ਕੋਈ ਵੀ ਐਗਜ਼ਾਮ ਹੋਵੇ ਉਹਨਾਂ ਵਾਸਤੇ ਇਹ ਜਿਹੜੇ ਕੁਐਸਚਨ ਹੈ ਉਹ ਇੰਪੋਰਟੈਂਟ ਹੈ ਠੀਕ ਹੈ ਆ ਦੇਖੋ ਗਾਈਜ਼ ਹੁਣ ਇਹਦੇ ਵਿੱਚ ਕੀ ਹੈ ਤੁਹਾਨੂੰ ਮੋਸਟਲੀ ਕੀ ਹੈ ਤੁਹਾਨੂੰ ਸਾਰਿਆਂ ਨੂੰ ਕੀ ਡਾਊਟ ਆਏਗਾ ਕਿ ਜਿਹੜਾ ਪੰਜਾਬੀ ਸਾਇਤ ਅਕੈਡਮੀ ਹੈ ਉਹ ਪੰਜਾਬ ਦੇ ਵਿੱਚ ਹੀ ਹੋਏਗੀ ਠੀਕ ਹੈ ਤਾਂ ਕਰਕੇ ਕੀ ਹੈ ਸਾਰਿਆਂ ਨੇ অপਸ਼ਨ ਨੰਬਰ 1 ਲਗਾ ਰਿਹਾ ਹੈ ਕੋਈ ਸੀ ਵੀ ਲਗਾ ਰਿਹਾ ਹੈ ਕੋਈ ਏ ਵੀ ਲਗਾ ਰਿਹਾ ਹੈ ਠੀਕ ਹੈ ਜੋ ਕਿ ਬਿਲਕੁਲ ਗਲਤ ਹੈ ਠੀਕ ਹੈ गाइस ਦੇਖੋ ਇਹਦਾ ਜਿਹੜਾ ਆਨਸਰ ਆਏਗਾ ਉਹ ਆਪਣਾ ਏ ਜਾਂ ਫਿਰ ਸੀ ਨਹੀਂ ਆਏਗਾ ਠੀਕ ਹੈ ਇਥੇ ਪੰਜਾਬੀ ਦੇ ਰੱਖਿਆ ਇਹਦਾ ਮਤਲਬ ਇਹ ਨਹੀਂਗਾ ਕਿ ਇਹ ਪੰਜਾਬ ਦੇ ਵਿੱਚ ਹੀ ਹੋਏਗੀ ਠੀਕ ਹੈ ਇਹ ਗਲਤ ਫਹਮੀ ਤੁਸੀਂ ਬਿਲਕੁਲ ਨਿਕਾਲ ਦਿਓ ਠੀਕ ਹੈ ਤੁੱਕੇ ਅਗਰ ਤੁਸੀਂ ਹਮਾਰੋਂਗੇ ਤਾਂ ਉਥੇ ਕੀ ਹੈ ਤੁਹਾਡੇ 0.25 ਮਾਰਕਸ ਜਿਹੜੇ ਹੈ 네ਗੇਟਿਵ ਮਾਰਕਿੰਗ ਹੋ ਜਾਏਗੀ ਮਤਲਬ ਕੀ ਹੈ ਦੋਸਤੋ 1.25 ਜਿਹੜਾ ਆਪਣਾ ਮਾਰਕਸ ਉੱਡ ਜਾਏਗਾ ਦੇਖੋ ਧਿਆਨ ਨਾਲ ਸਵਾ ਨੰਬਰ ਦਾ ਆਪਣਾ ਇਹ ਨੰਬਰ ਆਪਣੇ ਚਲੇ ਜਾਣਗੇ ਅਗਰ ਤੁਸੀਂ ਐਸੇ ਤੁਪਕੇ ਮਾਰੋਗੇ ਠੀਕ ਹੈ ਧਿਆਨ ਰੱਖਿਆ ਜੇ ਪੰਜਾਬੀ ਸਾਹਿਤ ਅਕੈਡਮੀ ਜਿਹੜੀ ਹੈ ਉਹ ਨਿਊ ਦਿੱਲੀ ਵਿੱਚ ਹੈ ਗਿਆ ਠੀਕ ਹੈ ਨਿਊ ਦਿੱਲੀ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਹੀ ਹੋਏਗਾ ਇਹਦਾ ਹੈਡਕੁਆਟਰ ਤਾਂ ਕਰਕੇ ਕੀ ਹੈ ਤੁਪਕੇ ਮਾਰਨਾ ਛੱਡ ਦਿਓ ਠੀਕ ਹੈ ਆਪਸ਼ਨ ਨੰਬਰ B ਆਏਗਾ ਰਾਈਟ ਅਨਸਰ ਹੈ ਠੀਕ ਹੈ PPSC ਦੇ ਵਿੱਚ ਕੀ ਹੈ ਦੋਸਤੋ ਆਪਣੀ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਐ ਐਗਜ਼ਾਮ ਦੇ ਵਿੱਚ ਬਟ ਉਹਨਾਂ ਨੇ ਵੀ ਅੱਜ ਕੱਲ ਕੀ ਹੈ ਸਟਾਰਟ ਕਰਤੀ ਹੈ ਠੀਕ ਹੈ ਨੈਗੇਟਿਵ ਮਾਰਕਿੰਗ ਬਟ ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਮੋਸਟਲੀ ਐਗਜ਼ਾਮ ਦੇ ਵਿੱਚ ਕੀ ਹੈ ਨੈਗੇਟਿਵ ਮਾਰਕਿੰਗ ਤੁਹਾਨੂੰ ਮਿਲੇਗੀ ਤਾਂ ਕਰਕੇ ਇਸ ਤਰ੍ਹਾਂ ਕੀ ਹੈ ਆਪਾਂ ਤੁਪਕਾ ਨਹੀਂ ਮਾਰਨਾ ਇਹਦਾ ਰਾਈਟ ਆਨਸਰ ਆਏਗਾ ਆਪਸ਼ਨ ਨੰਬਰ 2 ਪੰਜਾਬੀ ਸਾਹਿਤ ਅਕੈਡਮੀ ਜਿਹੜੀ ਹੈ ਉਹ ਨਿਊ ਦਿੱਲੀ ਵਿੱਚ ਹੈ ਠੀਕ ਹੈ ਨਿਊ ਦਿੱਲੀ ਵਿੱਚ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਤਾਂ ਆਪਾਂ ਇਹਨਾਂ ਨੂੰ India's National Academy of Letters is an organization dedicated to the promotion of ਲਿਟਰੇਚਰ ਇਨ ਲੈਂਗੁਏਜ ਆਫ ਇੰਡੀਆ ਦੋਸਤੋ ਜਿਹੜਾ ਪੰਜਾਬੀ ਸਾਹਿਤ ਅਕੈਡਮੀ ਹੈਗੀ ਹੈ ਉਹਦਾ ਮੇਨ ਮੋਟਿਵ ਕੀ ਹੈ ਪ੍ਰੋਮੋਸ਼ਨ ਆਫ ਲਿਟਰੇਚਰ ਇਨ ਇੰਡੀਅਨ ਠੀਕ ਹੈ ਇਨ ਇੰਡੀਆ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਹਨ ਦੇਖੋ ਆਪਾਂ ਨੂੰ ਸੈਕੰਡ ਕੁਐਸਚਨ ਕੀ ਆਏਗਾ ਇੰਪੋਰਟੈਂਟ ਜਿਹੜੀ ਸਾਹਿਤ ਅਕੈਡਮੀ ਹੈਗੀ ਹੈ ਉਹ ਕਦੋਂ ਫਾਊਂਡ ਕੀਤਾ ਗਿਆ ਠੀਕ ਹੈ ਦੋਸਤੋ ਧਿਆਨ ਰੱਖੋ 12 ਮਾਰਚ 1954 ਬਹੁਤ ਵਾਰ ਇਹ ਕੁਐਸਚਨ ਆਇਆ ਗਿਆ ਹੈ ਠੀਕ ਹੈ ਬਹੁਤ ਵਾਰ ਕੁਐਸਚਨ ਆਇਆ ਗਿਆ ਹੈ ਠੀਕ ਹੈ 1954 ਦੇ ਵਿੱਚ ਜਿਹੜੀ ਹੈ ਪੰਜਾਬੀ ਸਾਹਿਤ ਅਕੈਡਮੀ ਜਿਹੜੀ ਹੈ ਉਹ ਫਾਊਂਡ ਕੀਤੀ ਗਈ ਸੀ ਠੀਕ ਹੈ ਧਿਆਨ ਰੱਖਿਆ ਜੇ ਦੋਸਤੋ ਅਗਰ ਅਪਾ ਗੱਲ ਕਰੀਏ ਆਪਣਾ ਦਿੱਲੀ ਦੇ ਵਿੱਚ ਇਹਦਾ ਐਗਜ਼ੈਕਟ ਲੋਕੇਸ਼ਨ ਕੀ ਹੈਗੀ ਹੈ ਤਾਂ ਉਹ ਹੈ ਆਪਣਾ ਰਵਿੰਦਰ ਭਵਨ ਨੀਅਰ ਮੰਡੀ ਹਾਊਸ ਦਿੱਲੀ ਦੇ ਵਿੱਚ ਠੀਕ ਹੈ ਤਾਂ ਇਹ ਆਪਣਾ ਜਿਹੜਾ ਲੋਕੇਸ਼ਨ ਹੈਗੀ ਹੈ ਧਿਆਨ ਨਾਲ ਨੋਟ ਕਰ ਲਿਆ ਜੇ ਓਕੇ ਗਾਇਜ਼ ਅਗਰ ਅਪਾ ਦੋਸਤੋ ਗੱਲ ਕਰੀਏ ਨੈਕਸਟ ਕੁਐਸਚਨ ਦੇ ਵੱਲ ਧਿਆਨ ਨਾਲ ਰੱਖਿਆ ਜੇ ਨੋਟ ਕਿ ਜਿੰਨੇ ਵੀ ਆਪਣੇ ਪੁਆਇੰਟ ਜਿਹੜੇ ਆ ਮੈਂ ਤੁਹਾਨੂੰ ਹਾਈਲਾਈਟ ਕੀਤੇ ਆ ਉਹ ਆਪਣੇ ਲਈ ਇੰਪੋਰਟੈਂਟ ਹੈ ਠੀਕ ਹੈ ਨੋਟ ਕਰ ਲਿਆ ਜੀ ਅਗਰ ਆਪਾਂ ਦੋਸਤੋ ਗੱਲ ਕਰੀਏ ਆਪਣਾ ਆ ਗਿਆ ਪੰਜਵਾਂ ਕੁਐਸਚਨ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕੁਐਸਚਨ ਦੋਸਤੋ ਇਹ ਜਿਹੜੇ ਆਪਣੇ ਕੁਐਸਚਨ ਹੈਗਾ ਇਹ ਆਪਣਾ ਇੰਪੋਰਟੈਂਟ ornaments ਦੀ ਆਪਾਂ ਕਹਿ ਸਕਦੇ ਆ ਟੌਪਿਕ ਦੇ ਵਿੱਚੋਂ ਲਿੱਤਾ ਗਿਆ ਹੈ ਠੀਕ ਹੈ ਇੱਕ ਟੌਪਿਕ ਆਂਦਾ ਹੈ ਪੰਜਾਬੀ ਆਪਾਂ ਕਹਿ ਸਕਦੇ ਆ ਪੰਜਾਬੀ ਗ੍ਰਾਮਰ ਦੇ ਵਿੱਚ ਵੀ ਆ ਜਾਂਦਾ ਹੈ ਠੀਕ ਹੈ ਆਪਾਂ ਪੰਜਾਬ ਜੀਕੇ ਦੇ ਵਿੱਚ ਵੀ ਇਹਨੂੰ ਲਗਾ ਸਕਦੇ ਆ ਕਿ ਵਟ ਇਜ਼ ਸਰਪੇਸ਼ ਠੀਕ ਹੈ ਜਿਹੜਾ ਆਪਣਾ ਸਰਪੇਸ਼ ਹੈਗਾ ਉਹ ਇਹਨਾਂ ਵਿੱਚੋਂ ਕੀ ਹੈ ਐਨ ਔਰਨਮੈਂਟ ਵੋਰਨ ਇਨ ਆਰਮਸ ਮਤਲਬ ਕਿ ਇੱਕ ਬਾਹਾਂ ਦੇ ਵਿੱਚ ਜਿਹੜਾ ਉਹ ਪੈਣਨ ਵਾਲਾ ਇੱਕ ਗਹਿਣਾ ਠੀਕ ਹੈ ਐਨ ਔਰਨਮੈਂਟ ਵੋਰਨ ਓਨ ਸਕਰੀ ਠੀਕ ਹੈ ਐਨ ਔਰਨਮੈਂਟ ਵੋਰਨ ਇਨ ਫਰੰਟ ਆਫ ਤਰਬਨ ਐਨ ਔਰਨਮੈਂਟ ਵੋਰਨ ਅਰਾਊਂਡ 넥 ਠੀਕ ਹੈ ਦੱਸੋ फटाफट ਇਹ ਕਿੱਥੇ ਪਹਿਨੇ ਜਾਂਦਾ ਹੈ ਇਹ ਇੱਕ ਔਰਨਮੈਂਟ ਹੈ ਠੀਕ ਹੈ ਸਰਪੇਸ਼ ਠੀਕ ਹੈ ਇਹ ਦੋਸਤੋ ਆਪਣਾ ਬੋਡੀ ਦੇ ਕਿਸ ਭਾਗ ਦੇ ਉੱਪਰ ਕੀ ਹੈ ਇਹਨੂੰ ਪਾਇਆ ਜਾਂਦਾ ਹੈ ਠੀਕ ਹੈ ਸੇ ਕੁਐਸਚਨ ਕਿੰਨੇ ਕਿੰਨੇ ਪੜਿਆ ਹੋਇਆਗਾ ਇਹ ਕਾਫੀ badi exam ਦੇ ਵਿੱਚ ਆ ਵੀ ਚੁੱਕਿਆ ਹੈ ਠੀਕ ਹੈ ਸਰਪ੍ਰੇਸ਼ ਤਾਂ ਦੋਸਤੋ ਅਗਰ ਆਪਾਂ ਗੱਲ ਕਰੀਏ ਪੰਜਵੇਂ ਦਾ ਆਪਣਾ ਰਾਈਟ ਆਨਸਰ ਕੀ ਆਏਗਾ ਹਾਂਜੀ ਵੈਰੀ ਗੁੱਡ ਆਪਸ਼ਨ ਨੰਬਰ ਦੋਸਤੋ ਸਾਰਿਆਂ ਦਾ ਸੀ ਆ ਰਿਹਾ ਹੈ ਠੀਕ ਹੈ ਜੋ ਕਿ ਦੋਸਤੋ கரੈਕਟ ਆਨਸਰ ਹੈ ਐਨ ਔਰਨਾਮੈਂਟ ਵੌਰਨ ਇਨ ਫਰੰਟ ਆਫ ਟਰਬਨ ਦੋਸਤੋ ਟਰਬਨ ਮਤਲਬ ਕੀ ਹੈ ਆਪਣੀ ਪੱਗ ਹੈ ਨਾ ਦੋਸਤੋ ਆਪਣੇ ਪੱਗ ਦੇ ਉੱਪਰ ਕੀ ਹੈ ਇਹ ਔਰਨਾਮੈਂਟ ਨੂੰ ਪਹਿਨਾ ਜਾਂਦਾ ਹੈ ਠੀਕ ਹੈ ਬਿਲਕੁਲ ਪੱਗ ਦੇ ਜਿਹੜੇ ਫਰੰਟ ਦੇ ਉੱਪਰ ਠੀਕ ਹੈ ਮਤਲਬ ਕਿ ਆਪਣੇ ਮੱਥੇ ਦੇ ਉੱਪਰ ਤੁਸੀਂ ਕਹਿ ਸਕਦੇ ਹੋ ਠੀਕ ਹੈ ਜਦੋਂ ਆਪਣੀ ਪੱਗ ਬੰਨੀ ਹੁੰਦੀ ਹੈ ਤਾਂ ਕਿ ਇਹ ਮੱਥੇ ਉੱਪਰ ਕੀ ਹੈ ਦੋਸਤੋ ਸਰਪੇਸ਼ ਜਿਹੜਾ ਮਨੇ ਬਣਾਈ ਜਾਂਦਾ ਹੈ ਠੀਕ ਹੈ ਧਿਆਨ ਰੱਖਿਆ ਜੀ ਬਹੁਤ ਵਾਰੀ ਕੁਐਸਚਨ ਆਇਆ ਗਿਆ ਹੈ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਆਪਾਂ ਇਹਨੂੰ ਕੀ ਆ ਸਰਪੇਸ਼ ਨੂੰ ਆਪਾਂ ਹੋਰ ਕੀ ਆਖਦੇ ਹਾਂ ਠੀਕ ਹੈ ਤੁਹਾਨੂੰ ਕੁਐਸਚਨ ਦੇ ਵਿੱਚ ਕੀ ਆ ਸਕਦਾ ਹੈ ਕਿ ਸਰਪੇਸ਼ ਨੂੰ ਆਪਾਂ ਹੋਰ ਕੀ ਆਖਦੇ ਹਾਂ ਆਖਦੇ ਹਾਂ ਐਗਰੇਟ ਠੀਕ ਹੈ ਆ ਦੇਖੋ ਤੁਸੀਂ ਸਪੈਲਿੰਗ ਧਿਆਨ ਨਾਲ ਦੇਖ ਲਓ ਇਹਨੂੰ ਨੋਟ ਕਰੋ ਕਾਪੀ ਪੈਨ ਤੇ ਠੀਕ ਹੈ ਗਾਈਜ਼ ਔਰ ਅਗਰ ਤੁਹਾਨੂੰ ਸੈਸ਼ਨ ਜਿਹੜਾ ਹੈ ਉਹ ਚੰਗਾ ਲੱਗ ਰਿਹਾ ਹੈ ਤਾਂ ਲਾਈਕ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ 146 ਜਣੇ ਜਿਹੜੇ ਹੈ ਉਹ ਦਿਖ ਰਿਹਾ ਲਾਈਵ ਹੈ ਇਸ ਟਾਈਮ ਬਟ 76 ਹੀ ਲਾਈਕ ਆਏ ਹੈ ਠੀਕ ਹੈ ਦੇਖੋ ਲਾਈਕ ਕਰਨ ਦੇ ਵਿੱਚ ਹਰਜ ਨਹੀਂ ਹੈਗਾ ਲਾਈਕ ਕਰੋ ਠੀਕ ਹੈ ਅੱਛਾ ਗਾਈਜ਼ ਅਗਰ ਆਪਾਂ ਗੱਲ ਕਰੀਏ ਤਾਂ ਸਿੱਖ ਮੁਸਲਮ ਹਿੰਦੂ ਕੀ ਹੈ ਇਸ ਨੂੰ ਪੈਂਦੇ ਹੈ ਠੀਕ ਹੈ ਦੋਸਤੋ ਦੇਖੋ ਸਰਪੇਸ਼ ਦੇ ਵਿੱਚੋਂ ਕੀ ਹੈ ਜਿਹੜਾ ਸਰ ਵਰਡ ਹੈਗਾ ਉਹਦਾ ਮਤਲਬ ਹੁੰਦਾ ਹੈ ਹੈਡ ਠੀਕ ਹੈ ਹਿੰਦੀ ਵਿੱਚ ਆਪਾਂ ਸਾਨੂੰ ਬੋਲਦੇ ਨਾ ਹੈਡ ਨੂੰ ਆਪਾਂ ਬੋਲਦੇ ਆ ਨਾ ਸਰ ਠੀਕ ਹੈ ਔਰ ਜਿਹੜਾ ਦੋਸਤੋ ਜਿਹੜਾ ਪੇਚ ਮੀਨ ਹੈਗਾ ਉਹਦਾ ਮਤਲਬ ਹੈ ਸਕਰੂ ਠੀਕ ਹੈ ਮਤਲਬ ਕਿ ਇਹ ਦੋਵਾਂ ਦੇ ਨਾਮ ਦੋਵਾਂ ਵਰਡ ਦੇ ਨਾਲ ਮਿਲ ਕੇ ਕੀ ਬਣਿਆ ਹੈ ਸਰਪੇਸ਼ ਠੀਕ ਹੈ ਇਹਦਾ ਮਤਲਬ ਇਹ ਹੈ ਕਿ which is screwed on to the front ਠੀਕ ਹੈ ਜੋ ਕਿ ਆਪਣੇ ਸਰ ਦੇ ਫਰੰਟ ਤੇ ਬਣਿਆ ਜਾਵੇ ਠੀਕ ਹੈ ਤਾਂ ਧਿਆਨ ਰੱਖਿਆ ਜੇ ਦੋਸਤੋ ਇਹਨੂੰ ਐਗਰੇਟ ਵੀ ਆਖਦੇ ਆ ਆ ਜਿਹੜਾ ਕੁਐਸਚਨ ਤੁਹਾਨੂੰ ਹੈ ਇਹ ਪੱਕਾ ਆ ਸਕਦਾ ਹੈ ਕਿ ਸਰਪੇਸ਼ ਨੂੰ ਆਪਾਂ ਹੋਰ ਕੀ ਆਖਦੇ ਆ ਠੀਕ ਹੈ ਅਜ ਤੱਕ ਇਹਨੇ ਕੁਐਸਚਨ ਆਇਆ ਨਹੀਂਗਾ ਬਰਤਾਂ ਨੂੰ ਆਉਣ ਵਾਲੇ ਇਗਜ਼ਾਮ ਦੇ ਵਾਸਤੇ ਕੀ ਆ ਸਕਦਾ ਹੈ ਠੀਕ ਹੈ ਤਾਂ ਕਰਕੇ ਕੀ ਹੈ ਪ੍ਰੋਪਰ ਨੋਟਸ ਬਣਾਇਆ ਕਰੋ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਆਪਣਾ 6ਵਾਂ ਕੁਸ਼ਚਨ ਹੈਗਾ ਵੈਰੀ ਇੰਪੋਰਟੈਂਟ ਹੈ ਫਤਿਹ ਬੁਰਜ ਦੋਸਤੋ ਫਤਿਹ ਬੁਰਜ ਜਿਹੜਾ ਹੈ ਉਹ ਆਪਣੇ ਪੰਜਾਬ ਦੇ ਵਿੱਚ ਹੈਗਾ ਇਹਨੂੰ ਆਪਾਂ ਵਿਕਟਰੀ ਟਾਵਰ ਵੀ ਆਖਦੇ ਹਾਂ ਠੀਕ ਹੈ ਵਿਕਟਰੀ ਟਾਵਰ ਮਤਲਬ ਕਿ ਅਗਰ ਆਪਾਂ ਕਿਸੇ ਕੋਈ ਲੜਾਈ ਜੇ ਆਪਾਂ ਜਿੱਤੇ ਆਂ ਆਪਾਂ ਨੂੰ ਕੋਈ ਜਿੱਤ ਪ੍ਰਾਪਤ ਹੋਈ ਹੈ ਤਾਂ ਉਸ ਦੀ ਯਾਦ ਵਿੱਚ ਕੀ ਹੈ ਉਹ ਬੁਰਜ ਉਹ ਟਾਵਰ ਬਣਾਇਆ ਜਾਵੇ ਠੀਕ ਹੈ ਮਤਲਬ ਕਿ ਵਿਕਟਰੀ ਟਾਵਰ ਕੰਸਟ੍ਰਕਟਿਡ ਇਨ ਦਾ ਮੈਮਰੀ ਆਫ ਬਾਬਾ ਬੰਦਾ ਸਿੰਘ ਬਹਾਦਰ ਇਸ ਸਿਚੁਏਟਿਡ ਇਨ ਵਿਚ ਸਿਟੀ ਦੋਸਤੋ ਪਹਿਲੇ ਕੁਐਸਚਨ ਆਪਣਾ ਇਹੀ ਬੰਦਾ ਹੈ ਕਿ ਜਿਹੜਾ ਫਤਿਹ ਬੁਰਜ ਹੈਗਾ ਮਤਲਬ ਕਿ ਜਿਹੜਾ ਵਿਕਟਰੀ ਟਾਵਰ ਹੈਗਾ ਉਹ ਕਿਸ ਦੇ ਨਾਲ ਸੰਬੰਧਿਤ ਹੈ ਤਾਂ ਆਪਣਾ ਆਨਸਰ ਕੀ ਆਏਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਠੀਕ ਹੈ ਆਪਾਂ ਦੱਸਣਾ ਹੈ ਪੰਜਾਬ ਦੇ ਵਿੱਚ ਇਹ ਕਿੱਥੇ ਹੈਗਾ ਠੀਕ ਹੈ ਫਤਿਹ ਬੁਰਜ ਵਿਕਟਰੀ ਟਾਵਰ ਬੰਬਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣਿਆ ਸੀਗਾ ਕਿਹੜੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਮੋਹਾਲੀ ਮੋਹਾਲੀ ਅਨੰਦਪੁਰ ਸਾਹਿਬ ਜਾਂ ਫਿਰ ਪਟਿਆਲਾ ਦੋਸਤੋ ਵੈਰੀ ਗੁੱਡ 750 ਠੀਕ ਆ ਰਿਹਾ ਹੈ ਵੈਰੀ ਗੁੱਡ ਵੈਰੀ ਗੁੱਡ ਹੈਰੀ ਤੁਹਾਡਾ ਅਨਸਰ ਗਲਤ ਹੈ ਧਿਆਨ ਨਾਲ ਦੇਖ ਲਿਆ ਜੀ ਅਨਸਰ ਨੂੰ ਠੀਕ ਹੈ ਮੁਕਤਾ ਤੁਹਾਡਾ ਵੀ ਅਨਸਰ ਗਲਤ ਹੈ ਦੇਖੋ ਇੰਦੇ ਵਿੱਚ ਨਾ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ ਆਨੰਦਪੁਰ ਸਾਹਿਬ ਦੇ ਵਿੱਚ ਠੀਕ ਹੈ ਬਟ ਦੋਸਤੋ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਇਹਦਾ ਜਿਹੜਾ ਅਨਸਰ ਹੈ ਉਹ ਆਪਣਾ ਆਨੰਦਪੁਰ ਸਾਹਿਬ ਨਹੀਂ ਆਏਗਾ ਦੋਸਤੋ ਇਹਦਾ ਆਪਣਾ ਅਨਸਰ ਆਏਗਾ ਆਪਣਾ ਆਪਸ਼ਨ ਨੰਬਰ ਬੀ ਜਿਨੇ ਵੀ ਜਨੇ ਆਪਸ਼ਨ ਨੰਬਰ ਬੀ ਲਗਾ ਰਿਹਾ ਹੈ ਵੈਰੀ ਗੁੱਡ ਮੋਹਾਲੀ ਦਾ ਆਨਸਰ ਦੋਸਤੋ ਠੀਕ ਆਏਗਾ ਗਾਇਜ਼ ਦੇਖੋ ਅਗਰ ਤੁਹਾਨੂੰ ਇੱਥੇ ਮੋਹਾਲੀ ਨਾ ਆਇਆ ਤਾਂ ਤੁਹਾਨੂੰ ਇੱਥੇ ਕੀ ਆਏਗਾ ਐਸ ਏ ਐਸ ਨਗਰ ਠੀਕ ਹੈ ਐਸ ਏ ਐਸ ਨਗਰ ਆਏਗਾ ਮਤਲਬ ਕਿ ਆਪਾਂ ਦੋਸਤੋ ਮੋਹਾਲੀ ਨੂੰ ਆਪਾਂ ਹੋਰ ਕੀ ਆਖਦੇ ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਠੀਕ ਹੈ ਐਸ ਏ ਐਸ ਨਗਰ ਵੀ ਆਪਾਂ ਆਖਦੇ ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਪਾਂ ਇਹਨੂੰ ਆਖ ਸਕਦੇ ਹਾਂ ਦੋਸਤੋ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸੰਬੰਧਿਤ ਹੈਗਾ ਫਤਿਹ ਬੁਰਜ ਠੀਕ ਹੈ ਵਿਕਟਰੀ ਟਾਵਰ ਕਿੱਥੇ ਹੈਗਾ ਮੋਹਾਲੀ ਦੇ ਵਿੱਚ ਠੀਕ ਹੈ ਤਾਂ ਅਗਰ ਆਪਾਂ ਦੋਸਤੋ ਗੱਲ ਕਰੀਏ ਇਹਦੇ ਨਾਲ ਸੰਬੰਧਿਤ ਆਪਾਂ ਨੂੰ ਹੋਰ ਕਿਹੜੇ ਪੁਆਇੰਟ ਧਿਆਨ ਚ ਰੱਖਣੇ ਚਾਹੀਦੇ ਆ ਜੋ ਆਪਣੇ ਐਗਜ਼ਾਮ ਦੇ ਪੁਆਇੰਟ ਆਫ View ਦੇ ਨਾਲ ਕੀ ਹੈ ਇੰਪੋਰਟੈਂਟ ਹੈ ਹਾਂਜੀ ਪਰਮਜੀਤ ਕੋਰ ਵੈਰੀ ਗੁੱਡ ਆਫਟਰਨੂਨ ਕੁਐਸਚਨ ਦਾ ਜਵਾਬ ਦਿਓ ਅਗਰ ਆਪਾਂ ਦੋਸਤੋ ਗੱਲ ਕਰੀਏ ਇਹ ਇੱਕ ਟਾਲੈਸਟ ਮੀਨਾਰ ਹੈਗਾ ਇੰਡੀਆ ਦੇ ਵਿੱਚ ਜੋ ਕਿ ਚੱਪੜ ਚਿੜੀ ਦੋਸਤੋ ਵਿਲੇਜ ਆਫ ਚੱਪੜ ਚਿੜੀ ਮੋਹਾਲੀ ਦੇ ਆਸ-ਪਾਸ ਦੋਸਤੋ ਇਹ ਪੈਂਦਾ ਹੈ ਐਸਐਸ ਨਗਰ ਦੇ ਵਿੱਚ ਠੀਕ ਹੈ ਗਾਇਜ਼ ਦੇਖੋ ਇਹ ਜਿਹੜਾ ਪੁਆਇੰਟ ਹੈ ਨਾ ਉਹ ਤੁਹਾਨੂੰ ਮੈਂ ਹਾਈਲਾਈਟ ਕਰਤਾ ਹੈ ਤੁਹਾਨੂੰ ਅਗਰ ਮੁਹਾਲੀ ਨਾ ਆਇਆ ਨਾ ਤਾਂ ਤੁਹਾਨੂੰ ਕੀ ਹੈ ਚੱਪੜ ਚਿੜੀ ਵੀ ਆਪਸ਼ਨ ਦੇ ਵਿੱਚ ਆ ਸਕਦਾ ਹੈ ਠੀਕ ਹੈ ਜਾਨ ਬੁਝ ਕੇ ਕੀ ਹੈ ਤੁਹਾਨੂੰ ਜਿਹੜਾ ਐਗਜ਼ਾਮੀਨਰ ਹੈ ਉਹ ਕੀ ਹੈ ਤੁਹਾਡੀ ਨੋਲੇਜ ਨੂੰ ਦੇਖਣਾ ਚਾਹੁੰਦਾ ਹੈ ਕਿ ਤੁਸੀਂ ਕਿੰਨਾ ਕੁ ਡੀਪ ਪੜਦੇ ਹੋ ਠੀਕ ਹੈ ਤਾਂ ਇਹ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਨਾ ਡੀਪ ਪੜੋ ਠੀਕ ਹੈ ਉਪਰੋਂ ਉਪਰੋਂ ਨਾ ਪੜੋ ਕਿ ਸਿਰਫ ਐਮਸੀਕਿਊ ਕਰ ਲਿਆ ਤੇ ਗੱਲ ਖਤਮ ਆਪਾਂ ਦੇਖ ਲਿਆ ਮੁਹਾਲੀ ਦੇ ਵਿੱਚ ਹੈਗਾ ਠੀਕ ਹੈ ਨਾਲ ਆਪਾਂ ਦੇਖਣਾ ਹੈ ਕਿ ਚੱਪੜ ਚਿੜੀ ਦੇ ਵਿੱਚ ਵੀ ਪੈਂਦਾ ਹੈ ਠੀਕ ਹੈ ਕਿਉਂਕਿ ਮੁਹਾਲੀ ਦੇ ਵਿੱਚ ਕੀ ਹੈ ਇਹ ਇੱਕ ਵਿਲੇਜ ਹੈਗਾ ਜਿੱਥੇ ਆਪਣਾ ਵਿ ਹੈਗਾ अवेलेबल ਹੈ ਠੀਕ ਹੈ ਧਿਆਨ ਰੱਖਿਆ ਜੇ ਫਤਿਹ ਬੁਰਜ ਠੀਕ ਹੈ ਬਹੁਤ ਇੰਪੋਰਟੈਂਟ ਹੈ ਬੰਦਾ ਸਿੰਘ ਬਹਾਦਰ ਜੀ ਨਾਲ ਕੀ ਹੈ ਸੰਬੰਧਿਤ ਹੈਗਾ ਚੱਪੜ ਚੜੀ ਦੀ ਦੋਸਤੋ ਲੜਾਈ ਹੋਈ ਸੀ ਠੀਕ ਹੈ ਉਹ ਜਦੋਂ ਉਹਨਾਂ ਨੇ ਜਿੱਤਿਆ ਸੀਗਾ ਉਸ ਤੋਂ ਬਾਅਦ ਕੀ ਹੈ ਇੱਥੇ ਬਣਾਇਆ ਗਿਆ ਸੀਗਾ ਫਤਿਹ ਬੁਰਜ ਠੀਕ ਹੈ ਐਸ ਐਸ ਨਗਰ ਮੋਹਾਲੀ ਯਾਨੀ ਕਿ ਪੰਜਾਬ ਦੇ ਵਿੱਚ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਸਾਰੇ ਡਾਊਟ ਕਲੀਅਰ ਹੋ ਗਏ ਹੋਣਗੇ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਆਪਣਾ ਸੈਵੰਥ ਕੁਸ਼ਚਨ ਆ ਗਿਆ ਠੀਕ ਹੈ ਸੈਵੰਥ ਕੁਸ਼ਚਨ ਤੁਹਾਨੂੰ ਇਹ ਕਹਿੰਦਾ ਹੈ ਕਿ ਪੰਜਾਬੀ ਲੈਂਗੁਏਜ ਇਜ਼ ਕਨਸੀਡਰਡ ਟੂ ਬੀ ਸਕਸੈਸਰ ਆਫ ਵਿਚ ਲੈਂਗੁਏਜ ਠੀਕ ਹੈ ਆਪਾਂ ਦੱਸਣਾ ਹੈ ਕਿ ਜਿਹੜੀ ਪੰਜਾਬੀ ਲੈਂਗੁਏਜ ਹੈਗੀ ਹੈ ਦੋਸਤੋ ਇਹਨਾਂ ਵਿੱਚੋਂ ਕਿਹੜੀ ਲੈਂਗੁਏਜ ਦੀ ਸਕਸੈਸਰ ਹੈ ਠੀਕ ਹੈ ਮਤਲਬ ਕਿ ਕਿਸ ਭਾਸ਼ਾ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਅਗਲਾ ਅਗਲਾ ਪਾਰਟ ਹੈ ਆਪਾਂ ਕਹਿ ਸਕਦੇ ਹਾਂ ਉਤਰਾਧਿਕਾਰੀ ਮੰਨਿਆ ਜਾਂਦਾ ਹੈ ਮਤਲਬ ਕਿ ਕਿਸ ਲੈਂਗੁਏਜ ਤੋਂ ਆਈ ਹੈ ਪੰਜਾਬੀ ਲੈਂਗੁਏਜ ਠੀਕ ਹੈ ਹਿੰਦਵੀ ਉਰਦੂ ਸੁਰਾਸਨੀ ਪ੍ਰਾਕ੍ਰਿਤ ਜਾਂ ਫਿਰ ਪਾਲੀ ਦੋਸਤੋ ਇੱਕ ਕੁਐਸਚਨ ਜਿਹੜਾ ਨਾ ਉਹ ਤੁਹਾਨੂੰ ਐਗਜ਼ਾਮ ਦੇ ਵਿੱਚ ਬਹੁਤ ਵਾਰ ਦੇਖਿਆ ਜਾਏਗਾ ਠੀਕ ਹੈ ਬਹੁਤ ਵਾਰ ਆਏਗਾ ਤੁਹਾਨੂੰ ਪੱਕਾ ਠੀਕ ਹੈ ਉਹ ਲਓ ਪੱਕਾ ਕਹਿ ਸਕਦੇ ਆ ਕਿ ਪੰਜਾਬੀ ਲੈਂਗੁਏਜ ਜਿਹੜੀ ਹੈ ਨਾ ਉਹ ਇਸ ਲੈਂਗੁਏਜ ਤੋਂ ਹੀ ਬਣੀ ਹੈ ਠੀਕ ਹੈ ਕਿਹੜੀ ਆਪਸ਼ਨ ਨੰਬਰ A B C ਜਾਂ ਫਿਰ D ਦੋਸਤੋ ਰਮਨ ਕੋਲ ਤੁਹਾਡਾ ਆਨਸਰ ਗਲਤ ਹੈ ਠੀਕ ਹੈ ਅਮਨ ਸਿੰਘ ਤੁਹਾਡਾ ਵੀ ਗਲਤ ਹੈ ਹਾਂਜੀ ਰੀਆ ਨਾਹਰ ਤੁਹਾਡਾ ਵੀ ਗਲਤ ਹੈ ਕੁਐਸਚਨ ਦਾ ਆਨਸਰ ਦਿੰਦੇ ਦੋ पाली इज़ द नॉट राइट आंसर हाँ जी वैरी गुड वैरी गुड वैरी गुड अमन सिंह भी गलत है रमेश कुमार वैरी गुड अमन कंबोज गलत दे रहे हो आंसर तो दोस्तों अगर आप गल करिए जीबी लैंगुएज है दोस्तों वो सुरासनी प्राकृत तो बनी है दोस्तों ठीक है ध्यान रखा जे मतलब कि जी लैंगेज है दोस्तों उस तो पहला उसू कि आखते थे ਸੁਆਸਲਨੀ ਪ੍ਰਾਕ੍ਰਿਤ ਠੀਕ ਹੈ ਇਹ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਜਰੂਰ ਮਿਲੇਗਾ ਦੋਸਤੋ ਪੰਜਾਬ ਜੀਕੇ ਦੇ ਨਾਲ ਕੀ ਹੈ ਇਸ ਬੰਦੇ ਥਗਾ ਬਹੁਤ ਇੰਪੋਰਟੈਂਟ ਹੈ ਠੀਕ ਹੈ ਧਿਆਨ ਰੱਖਿਆ ਜੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਰੇ ਪਤਾ ਦੋਸਤੋ ਗੱਲ ਕਰੀਏ ਤਾਂ ਪ੍ਰਾਕ੍ਰਿਤ ਜਿਹੜੀ ਆਪਣੀ ਲੈਂਗੁਏਜ ਹੈਗੀ ਹੈ ਉੱਥੋਂ ਬਣੀ ਆਪਣੀ ਪੰਜਾਬੀ ਠੀਕ ਹੈ ਦੋਸਤੋ 7th ਸੈਂਚਰੀ ਏਡੀ ਦੇ ਵਿੱਚ ਕੀ ਹੈ ਇਸ ਨੂੰ ਬੋਲਦੇ ਸੀਗੇ ਸੁਆਸਲਨੀ ਪ੍ਰਾਕ੍ਰਿਤ ਪਰ ਅਗਰ ਆਪਾਂ ਗੱਲ ਕਰੀਏ 10th ਸੈਂਚਰੀ ਦੇ ਵਿੱਚ ਕੀ ਹੈ ਇਸ ਨੂੰ ਜਿਹੜੀ ਹੈ ਪੰਜਾਬੀ ਦੇ ਵਿੱਚ ਜਿਹੜਾ ਉਹ ਕਨਵਰਟ ਕੀਤਾ ਗਿਆ ਸੀ ਠੀਕ ਹੈ ਧਿਆਨ ਰੱਖਿਆ ਜੇ ਇਸ ਪੁਆਇੰਟ ਨੂੰ ਵੀ ਤਾਂ ਆਈ ਹੋਪ ਤੁਹਾਨੂੰ ਕੋਈ ਵੀ ਡਾਊਟ ਨਹੀਂ ਹੋਏਗਾ ਠੀਕ ਹੈ ਸੁਪ੍ਰਿਤ ਕੋਰ ਨੋਟਸ ਨਹੀਂ ਮਿਲ ਰਹੇ ਇਸ ਦੇ ਗਾਇਸ ਦੇਖੋ ਇਹ ਜਦੋਂ ਵੀ ਕਲਾਸ ਖਤਮ ਹੁੰਦੀ ਹੈ ਨਾ ਕਲਾਸ ਖਤਮ ਦੇ 5 ਮਿੰਟ ਬਾਅਦ ਮੈਂ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਇਹਦੀ ਪੀਡੀਐਫ ਜਿਹੜੀ ਹੈ ਉਹ ਅਪਲੋਡ ਕਰਦਾ ਹੁੰਨਾ ਠੀਕ ਹੈ ਤਾਂ ਪ੍ਰੋਪਰ ਕੀ ਹੈ ਤੁਸੀਂ ਧਿਆਨ ਨਾਲ ਚੈੱਕ ਕਰਿਆ ਕਰੋ ਜਾ ਕੇ ਐਕਟਿਵ ਰਹਿ ਜਾ ਕਰੋ ਗਰੁੱਪ ਦੇ ਵਿੱਚ ਠੀਕ ਹੈ ਉਸੀ 10 ਤੋਂ 11000 ਜਨੇ ਜਿਹੜੇ ਐ ਟੈਲੀਗ੍ਰam ਗਰੁੱਪ ਦੇ ਵਿੱਚ ਐਡ ਹੈਗੇ ਆ ਬਟ ਐਕਟਿਵ ਬਹੁਤ ਹੀ ਘੱਟ ਹੈ ਠੀਕ ਹੈ ਐਕਟਿਵ ਰਿਹਾ ਕਰੋ ਜੋ ਵੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਠੀਕ ਹੈ ਔਰ ਅਗਰ ਹਾਲੇ ਤੱਕ ਕਿਸੇ ਨੇ ਨਈ ਜੁਆਇਨ ਕੀਤਾ ਟੈਲੀਗ੍ਰam ਗਰੁੱਪ ਨੂੰ ਤਾਂ ਉਹ ਜਾ ਕੇ ਜੁਆਇਨ ਕਰ ਸਕਦਾ ਹੈ ਠੀਕ ਹੈ ਜੁਆਇਨ ਕਰ ਲਿਆ ਜੇ ਲਿੰਕ ਤੁਹਾਨੂੰ ਮਿਲ ਜੇਗਾ ਐਸੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਠੀਕ ਹੈ ਤਾਂ ਕਰ ਆਪਾਂ ਦੋਸਤੋ ਯਾਦਵਿੰਦਰ ਗਾਰਡਨ ਇਜ਼ ਲੋਕੇਟਿਡ ਐਟ ਅਗਰ ਆਪਾਂ ਦੋਸਤੋ ਗੱਲ ਕਰੀਏ ਕਿ ਯਦਵਿੰਦਰ ਜਿਹੜਾ ਗਾਰਡਨ ਹੈਗਾ ਉਹ ਕਿੱਥੇ ਹੈਗਾ ਇਹਨਾਂ ਵਿੱਚੋਂ ਪਟਿਆਲਾ ਪਿੰਜੋੜ ਨਾਬਾ ਜਾਂ ਫਿਰ ਸੰਗਰੂਰ ਯਦਵਿੰਦਰਾ ਗਾਰਡਨ ਸਥਿਤ ਹੈਗਾ ਪਟਿਆਲਾ ਪਿੰਜੋੜ ਨਾਬਾ ਜਾਂ ਫਿਰ ਸੰਗਰੂਰ ਤਾਂ ਜਵਾਬ ਦੋ ਇਹਦਾ ਅਨਸਰ ਕੀ ਆਏਗਾ ਹਾਂਜੀ ਜਵਾਬ ਦੋ ਵੈਰੀ ਗੁੱਡ ਹੈਰੀ ਟੋਡਾ ਦਾ ਅਨਸਰ ਗਲਤ ਹੈ ਅਮਨ ਸਿੰਘ ਟੋਡਾ ਵੀ ਗਲਤ ਹੈ ਹਾਂਜੀ ਹਾਂਜੀ ਪਟਿਆਲਾ ਆਨਸਰ ਨਹੀਂ ਆਏਗਾ ਦੋਸਤੋ ਇਹਦਾ ਆਨਸਰ ਯਾਦਵਿੰਦਰ ਗਾਰਡਨ ਧਿਆਨ ਨਾਲ ਦੇਖੋ ਕਿੱਥੇ ਹੈਗਾ ਦੋਸਤੋ ਅਗਰ ਆਪਾਂ ਗੱਲ ਕਰੀਏ ਜਿਹੜਾ ਯਾਦਵਿੰਦਰ ਗਾਰਡਨ ਹੈ ਬਹੁਤ ਵਾਰ ਕੁਐਸਚਨ ਆਇਆ ਹੋਇਆ ਹੈ ਇਹ ਪਟਿਆਲਾ ਨਹੀਂ ਹੈਗਾ ਇਹ ਪਿੰਜੋਰ ਦੇ ਵਿੱਚ ਹੈ ਠੀਕ ਹੈ ਆਪਸ਼ਨ ਨੰਬਰ ਬੀ ਧਿਆਨ ਨਾਲ ਨੋਟ ਕਰ ਲਓ ਆਪਸ਼ਨ ਨੰਬਰ ਬੀ ਆਏਗਾ ਅਗਰ ਆਪਾਂ ਦੋਸਤੋ ਗੱਲ ਕਰੀਏ ਇਹ ਆਪਣਾ ਦੋਸਤੋ ਅਗਰ ਆਪਾਂ ਗੱਲ ਕਰੀਏ ਇਹਦੇ ਬਾਰੇ ਆਪਾਂ ਹੋਰ ਆਪਾਂ ਕੀ ਜਾਣ ਸਕਦੇ ਆ ਦੋਸਤੋ ਅਗਰ ਆਪਾਂ ਗੱਲ ਕਰੀਏ ਯਾਰਵਿੰਦਰ ਗਾਰਡਨ ਨੂੰ ਆਪਾਂ ਹੋਰ ਕੀ ਆਖਦੇ ਹਾਂ ਇਹ ਦੋਸਤੋ ਇਹ ਪਿੰਜੋੜ ਦੇ ਵਿੱਚ ਹੈ ਇਸ ਕਰਕੇ ਇਹਨੂੰ ਪਿੰਜੋੜ ਗਾਰਡਨ ਵੀ ਆਖਦੇ ਹਾਂ ਠੀਕ ਹੈ ਤੁਹਾਨੂੰ ਕੁਐਸਚਨ ਆਏਗਾ ਕਿ ਯਾਰਵਿੰਦਰ ਗਾਰਡਨ ਇਜ਼ ਆਲਸੋ ਨੋਨ ਐਸ ਪਿੰਜੋੜ ਗਾਰਡਨ ਠੀਕ ਹੈ ਦੋਸਤੋ ਇਹ ਸੈਮਤੀ 17 ਸੈਂਚਰੀ ਦੇ ਵਿੱਚ ਬਣਿਆ ਸੀਗਾ ਠੀਕ ਹੈ ਕਿੱਥੇ ਪਿੰਜੋੜ ਸਿਟੀ ਦੇ ਵਿੱਚ ਦੋਸਤੋ ਪਿੰਜੋੜ ਜਿਹੜੀ ਸਿਟੀ ਹੈਗੀ ਹੈ ਉਹ ਪੰਚਕੂਲਾ ਡਿਸਟ੍ਰਿਕਟ ਵਿੱਚ ਪੈਂਦਾ ਹੈ ਹੁਣ ਇਸ ਕਰਕੇ ਕੀ ਹੈ ਆਪਣਾ ਜਿਹੜਾ ਇਹ ਕੁਐਸਚਨ ਹੈ ਉਹ ਬਣ ਗਿਆ ਹਰਿਆਣੇ ਦਾ ਠੀਕ ਹੈ ਪੰਚਕੁਲਾ ਆਪਾਂ ਨੂੰ ਪਤਾ ਹੈ ਦੋਸਤੋ ਉਹ ਕਿੱਥੇ ਹੈਗਾ ਹਰਿਆਣਾ ਵਿੱਚ ਹੈ ਹੁਣ ਤੁਹਾਨੂੰ ਕੁਐਸਚਨ ਕੀ ਹੈ ਕੁਮਾਫਿਰ ਆ ਕੇ ਐਸ ਤਰ੍ਹਾਂ ਵੀ ਆ ਸਕਦਾ ਹੈ ਜਿਹੜਾ ਯਾਦਵਿੰਦਰ ਗਾਰਡਨ ਹੈਗਾ ਉਹ ਕਿਹੜੀ ਸਟੇਟ ਵਿੱਚ ਹੈ ਤਾਂ ਫਿਰ ਆਪਣਾ ਆਨਸਰ ਦੋਸਤੋ ਪੰਜਾਬ ਨਹੀਂ ਆਏਗਾ ਫਿਰ ਆਪਣਾ ਆਨਸਰ ਆਏਗਾ ਹਰਿਆਣਾ ਠੀਕ ਹੈ ਕਿਉਂਕਿ ਇਹ ਪੰਚਕੁਲਾ ਡਿਸਟ੍ਰਿਕਟ ਪਿੰਜੌਰ ਦੇ ਵਿੱਚ ਪੈਂਦਾ ਹੈ ਠੀਕ ਹੈ ਤਾਂ ਕਰਕੇ ਧਿਆਨ ਰੱਖਣਾ ਹੈ ਇਹ ਆਪਣਾ ਹਰਿਆਣਾ ਵਿੱਚ ਪੈ ਗਿਆ ਠੀਕ ਹੈ ਧਿਆਨ ਰੱਖਿਆ ਜੀ ਅਰੇ ਪਾ ਦੋਸਤੋ ਗੱਲ ਕਰੀਏ ਇਹਦੀ ਜਿਹੜੀ ਸ਼ੇਪ ਹੈਗੀ ਹੈ ਇਹਦੀ ਜਿਹੜੀ ਬਨਾਵਟ ਹੈ ਉਹ ਬਿਲਕੁਲ ਮੁਗਲ ਗਾਰਡਨਸ ਦੇ ਦੁਆਰਾ ਬਣਾਈ ਗਈ ਹੈ ਮਤਲਬ ਕਿ ਉਸ ਨੂੰ ਧਿਆਨ ਚ ਰੱਖਦੇ ਹੋਏ ਬਣਾਈ ਗਈ ਹੈ ਜਿਸ ਤਰ੍ਹਾਂ ਆਪਣੇ ਮੁਗਲਾਂ ਦੇ ਗਾਰਡਨ ਸੀਗੇ ਠੀਕ ਹੈ ਅੱਛਾ ਗਾਇਜ਼ ਹੁਣ ਤੁਹਾਨੂੰ ਆ ਸਕਦਾ ਹੈ ਕਿਹੜਾ ਯਾਦਵਿੰਦਰ ਗਾਰਡਨ ਹੈ ਉਹ ਕਿਸ ਨੇ ਬਿਲਡ ਕੀਤਾ ਸੀ ਠੀਕ ਹੈ ਤਾਂ ਉਹ ਕੀਤਾ ਦੋਸਤੋਂ ਫਦਾਈ ਖਾਨ ਨੇ ਠੀਕ ਹੈ ਇਹ ਕੁਐਸਚਨ ਜਿਹੜਾ ਹੈ ਤੁਹਾਨੂੰ ਬਣ ਸਕਦਾ ਹੈ ਇੰਪੋਰਟੈਂਟ ਹੈ ਠੀਕ ਹੈ ਆਉਣ ਵਾਲੇ ਐਗਜ਼ਾਮ ਦੇ ਵਾਸਤੇ ਇਹਨੂੰ ਕੀ ਹੈ ਤੁਸੀਂ ਪ੍ਰੋਪਰ ਨੋਟ ਕਰੋ ਨਹੀਂ ਤਾਂ ਤੁਹਾਨੂੰ ਕੀ ਹੈ ਪੀਡੀਐਫ ਵੀ ਮਿਲ ਜਾਏਗੀ ਟੈਲੀਗ੍ਰਾਮ ਗਰੁੱਪ ਦੇ ਉੱਪਰ ਫਦਾਈ ਖਾਨ ਦੋਸਤੋਂ ਇਨੇ ਬਿਲਡ ਕੀਤਾ ਸੀਗਾ ਯਾਦਵਿੰਦਰ ਗਾਰਡਨ ਯਾਨੀ ਕਿ ਪਿੰਜੌਰ ਗਾਰਡਨ ਨੂੰ ਠੀਕ ਹੈ ਤਾਂ ਆਪਾਂ ਚੱਲਦੇ ਹਾਂ ਦੋਸਤੋ ਅਗਲੇ ਕੁਐਸਚਨ ਦੇ ਵੱਲ ਆਪਾਂ ਦੱਸਣਾ ਹੈ ਕਿ ਵੇਅਰ ਆਰ ਮਿਨੀ 올림픽ਸ ਆਰ ਹੈਲਡ ਠੀਕ ਹੈ ਦੋਸਤੋ ਜਿਹੜੇ ਮਿਨੀ 올림픽 ਹੈਗੇ ਆ ਉਹ ਇੰਨਾ ਵਿੱਚੋਂ ਕਿਸ ਜਗ੍ਹਾ ਤੇ ਆਯੋਜਿਤ ਕੀਤੇ ਜਾਂਦੇ ਆ ਠੀਕ ਹੈ ਮੰਡੀ ਗੋਬਿੰਦਗੜ ਰੋਪੜ ਲੁਧਿਆਣਾ ਜਾਂ ਫਿਰ ਪਟਿਆਲਾ ਗਾਇਜ਼ ਹੋ ਸਕਦਾ ਹੈ ਕਿ ਜਿਹੜਾ ਕੁਐਸਚਨ ਹੈਗਾ ਉਹ ਤੁਹਾਨੂੰ ਕਾਫੀ ਈਜ਼ੀ ਲੱਗ ਰਹੇ ਹੋਣਗੇ ਪਰ ਗਾਇਸ ਦੇਖੋ ਜਿਹੜੇ ਇਹ ਕੁਐਸਚਨ ਹੈ ਨਾ ਉਹ ਇੰਪੋਰਟੈਂਟ ਹੈ ਚਾਹੇ ਈਜ਼ੀ ਹੋਵੇ ਨਾ ਹੋਵੇ ਠੀਕ ਹੈ ਆਪਾਂ ਸਾਰੇ ਹੀ ਕਵਰ ਕਰਾਂਗੇ ਠੀਕ ਹੈ ਈਜ਼ੀ ਵੀ ਕਰਾਂਗੇ ਮੋਡਰੇਟ ਲੈਵਲ ਦੇ ਵੀ ਕਰਾਂਗੇ ਤੇ ਹਾਈ ਲੈਵਲ ਦੇ ਵੀ ਠੀਕ ਹੈ ਹੁਣ ਦੇਖੋ ਮੀਨੀ 올림픽 ਜਿਹੜੇ ਹੈ ਉਹ ਇਹਨਾਂ ਵਿੱਚੋਂ ਕਿੱਥੇ ਹੈਲਡ ਹੁੰਦੇ ਹੈ ਕਿੱਥੇ ਆਯੋਜਿਤ ਹੁੰਦੇ ਹੈ ਠੀਕ ਹੈ ਮੰਡੀ ਗੋਬਿੰਦਗਰ ਰੋਪੜ ਲੁਧਿਆਣਾ ਜਾਂ ਫਿਰ ਪਟਿਆਲਾ ਤਾਂ ਵੈਰੀ ਗੁੱਡ ਸਾਡਾ ਅਨਸਰ ਜਿਹੜਾ ਹੈ ਉਹ ਠੀਕ ਕਰਿਆ ਹੈ ਕਿਤੇ ਨਾ ਕਿਤੇ ਤੁਸੀਂ ਇਹਨੂੰ ਪੜਿਆ ਹੋਏਗਾ ਹਾਂਜੀ 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 ਵੈਰੀ ਗੁੱਡ ਰਾਹੁਲ ਅਤਰੀ ਵੈਰੀ ਗੁੱਡ ਲੁਧਿਆਣਾ ਮੁਕਤਾ ਤੁਹਾਡਾ ਆਨਸਰ ਗਲਤ ਹੈ ਪਰਮਜੀਤ ਤੁਹਾਡਾ ਵੀ ਗਲਤ ਹੈ ਨੋਟ ਕਰ ਲਿਆ ਜੀ ਧਿਆਨ ਨਾਲ ਠੀਕ ਹੈ ਨੋਵੇਂ ਤਾਂ ਦੋਸਤੋ ਅਗਰ ਆਪਾਂ ਗੱਲ ਕਰੀਏ ਤਾਂ ਸੀ ਆਪਸ਼ਨ ਆਏਗਾ ਲੁਧਿਆਣਾ ਅਗਰ ਆਪਾਂ ਦੋਸਤੋ ਗੱਲ ਕਰੀਏ ਜਿਹੜਾ ਲੁਧਿਆਣਾ ਹੈਗਾ ਠੀਕ ਹੈ ਉੱਥੇ ਦੋਸਤੋ ਆਪਣਾ ਮਿਨੀ 올ਿਮਪਿਕਸ ਜਿਹੜਾ ਹੈ ਉਹ ਕਿੱਥੇ ਜਾਂਦੇ ਆ ਆਯੋਜਿਤ ਠੀਕ ਹੈ ਅੱਛਾ ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਕੀ ਲੈ ਸਕਦੇ ਹਾਂ ਜੋ ਕਿ ਆਪਣੇ ਐਗਜ਼ਾਮ ਦੇ ਵਾਸਤੇ ਇੰਪੋਰਟੈਂਟ ਹੈ ਦੋਸਤੋ ਅਗਰ ਤੁਹਾਨੂੰ ਆਪਸ਼ਨ ਦੇ ਵਿੱਚ ਲੁਧਿਆਣਾ ਨਾ ਦਿਖੇ ਤਾਂ ਤੁਹਾਨੂੰ ਕੀ ਹੈ ਇੱਕ ਹੋਰ ਆਪਸ਼ਨ ਮਿਲੇਗਾ ਉਹ ਆਏਗਾ ਦੋਸਤੋ ਤੁਹਾਡਾ ਕਿਲਾ ਰਾਏਪੁਰ ਠੀਕ ਹੈ ਦੋਸਤੋ ਜਿਹੜਾ ਕਿਲਾ ਰਾਏਪੁਰ ਹੈ ਉਹ ਲੁਧਿਆਣਾ ਵਿੱਚ ਹੀ ਹੈ ਠੀਕ ਹੈ ਇਸ ਕਰਕੇ ਇੱਥੇ ਜਾਣਬੁੱਝ ਕੇ ਉਹਨਾਂ ਨੇ ਕੀ ਹੈ ਆਪਸ਼ਨ ਜਿਹੜਾ ਹੈ ਮੈਂ ਤੁਹਾਨੂੰ ਆ ਲੈ ਕੇ ਆਇਆ ਲੁਧਿਆਣਾ ਠੀਕ ਹੈ ਤੁਹਾਨੂੰ ਆਪਸ਼ਨ ਦੇ ਵਿੱਚ ਦੋਸਤੋ ਜਾਂ ਆਏਗਾ ਲੁਧਿਆਣਾ ਜਾਂ ਫਿਰ ਕਿਲਾ ਰਾਏਪੁਰ ਠੀਕ ਹੈ ਦੋਵੇਂ ਅੰਸਰ ਜਿਹੜੇ ਉਹ ਠੀਕ ਹੈ ਕਿਉਂਕਿ ਜਿਹੜਾ ਕਿਲਾ ਰਾਏਪੁਰ ਹੈ ਉਹ ਆਪਣਾ ਲੁਧਿਆਣਾ ਵਿੱਚ ਹੀ ਹੈ ਠੀਕ ਹੈ ਅੱਛਾ ਅਗਰ ਆਪਾਂ ਦੋਸਤੋ ਗੱਲ ਕਰੀਏ ਤਕਲਾ ਰਾਇਪੁਰ ਆ ਗਿਆ ਠੀਕ ਹੈ 스포츠 ਫੈਸਟੀਵਲ ਮਨਾਇਆ ਜਾਂਦਾ ਹੈ ਉੱਥੇ ਠੀਕ ਹੈ ਬੋ ਦੋਸਤੋ ਅਗਰ ਆਪਾਂ ਗੱਲ ਕਰੀਏ ਇਹ ਉੱਥੇ ਲੂਰਲ 올림픽ਸ ਦੇ ਨਾਮ ਨਾਲ ਕੀ ਹੈ ਕਾਫੀ ਜ਼ਿਆਦਾ ਫੇਮਸ ਹੈ ਠੀਕ ਹੈ ਲੁਧਿਆਣਾ ਵਿੱਚ ਅੱਛਾ ਅਗਰ ਆਪਾਂ ਗੱਲ ਕਰੀਏ ਦੋਸਤੋ ਲੁਧਿਆਣੇ ਦੇ ਕੋਲ ਹੈਗਾ ਆਪਣਾ ਕਿਲਾ ਰਾਇਪੁਰ ਠੀਕ ਹੈ ਐਨਿਵਲੀ ਮਤਲਬ ਕਿ ਹਰ ਸਾਲ ਜਿਹੜਾ ਇਹ ਮਨਾਇਆ ਜਾਂਦਾ ਹੈ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਹੈ ਇਸ ਤਰ੍ਹਾਂ ਕੁਐਸਚਨ ਵੀ ਅੱਜ ਕੱਲ ਪੰਜਾਬ ਦੇ ਐਗਜ਼ਾਮ ਦੇ ਵਿੱਚ ਆਉਣ ਲੱਗ ਪਿਆ ਹੈ ਦੋਸਤੋ ਆਪਾਂ ਨੂੰ ਕੁਐਸਚਨ ਆਏਗਾ ਕਿ ਜਿਹੜਾ ਕਿਲਾ ਰਾਇਪੁਰ ਹੈ ਜਿਹੜਾ ਆਪਣਾ ਕਿਲਾ ਰਾਇਪੁਰ ਉਹ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਐਨਿਉਅਲੀ ਮੰਥਲੀ ਠੀਕ ਹੈ ਤਾਂ ਆਪਣਾ ਕੀ ਆਨਸਰ ਆਏਗਾ ਐਨਿਉਅਲੀ ਠੀਕ ਹੈ ਹਰ ਸਾਲ ਮਨਾਇਆ ਜਾਂਦਾ ਹੈ ਓਕੇ ਤਾਂ ਅਗਰ ਆਪਾਂ ਦੋਸਤੋ ਗੱਲ ਕਰੀਏ 10th ਕੁਐਸਚਨ ਦੇ ਵੱਲ ਵੈਨਵਾਸ ਦਾ ਪ੍ਰੈਜ਼ੈਂਟ ਪੰਜਾਬ ਕੇਮ ਇਨਟੂ ਐਗਜ਼ਿਸਟੈਂਸ ਠੀਕ ਹੈ ਦੋਸਤੋ ਜਿਹੜਾ ਆਪਣਾ ਮੌਜੂਦਾ ਪੰਜਾਬ ਹੈ ਉਹ ਕਦੋਂ ਹੋਣ ਦੇ ਵਿੱਚ ਆਇਆ ਸੀਗਾ ਉਹ ਆਪਣਾ ਪੰਜਾਬ ਜਿਹੜਾ ਹੁਣ ਆਪਾਂ ਆਪਣਾ ਅੱਜ ਦਾ ਪੰਜਾਬ ਹੈਗਾ ਜਿਹੜਾ ਆਪਣਾ ਪ੍ਰੈਜੈਂਟ ਪੰਜਾਬ ਹੈ ਉਹ ਹੋਣ ਦੇ ਵਿੱਚ ਕਿਦੋਂ ਆਇਆ ਸੀਗਾ 1864 1964 1764 ਜਾਂ ਫਿਰ 1867 ਤਾਂ ਬਹੁਤ ਈਜ਼ੀ ਕੁਐਸਚਨ ਹੈ ਠੀਕ ਹੈ ਮੋਸਟਲੀ ਆਪਾਂ ਸਭ ਨੂੰ ਪਤਾ ਹੀ ਹੋਏਗਾ ਇਹਦੇ ਬਾਰੇ ਠੀਕ ਹੈ ਅੱਛਾ ਕਰ ਆਪਾਂ ਗੱਲ ਕਰੀਏ ਡੇਟ ਕਿਹੜੀ ਸੀ ਦੇਖੋ ਅਨਸਰ ਸਾਰੇ ਇਹਨੇ ਦੇ ਦੋਗੇ ਪਰ ਦੱਸੋ ਕਿ ਡੇ ਕਿਹੜਾ ਸੀਗਾ ਡੇ ਕਿਸ ਦਿਨ ਜਿਹੜਾ ਆਪਣਾ ਪੰਜਾਬ ਹੈ ਉਹ ਆਪਣਾ ਪ੍ਰੈਜੈਂਟ ਪੰਜਾਬ ਹੈ ਉਹ ਹੋਂਦ ਵਿੱਚ ਆਇਆ ਸੀਗਾ ਡੇਟ ਨਾਲ ਪਾਓ ਠੀਕ ਹੈ ਡੇਟ ਵੀ ਅੱਛਾ ਅਗਰ ਆਪਾਂ ਦੋਸਤੋ ਗੱਲ ਕਰੀਏ ਤਾਂ ਈਜ਼ੀ ਕੁਐਸਚਨ ਹੈ 1st ਆਫ ਨਵੰਬਰ ਦੋਸਤੋ 1966 ਨੂੰ ਪੰਜਾਬ ਅਤੇ ਹਰਿਆਣਾ ਠੀਕ ਹੈ ਦੋਵੇਂ ਜਿਹੜੇ ਹੈ ਉਹ ਹੋਂਦ ਵਿੱਚ ਆਏ ਸੀਗੇ ਮਤਲਬ ਕਿ ਜਿਹੜਾ ਹਰਿਆਣਾ ਹੈਗਾ ਉਹ ਪੰਜਾਬ ਤੋਂ ਕਿਹਾ ਉਹ ਅਲੱਗ ਹੋਇਆ ਸੀਗਾ ਠੀਕ ਹੈ ਉਸ ਟਾਈਮ ਤਾਂ ਦੋਸਤੋ ਅਗਰ ਆਪਾਂ ਨੂੰ ਕੁਐਸਚਨ ਇਹ ਵੀ ਆਉਂਦਾ ਹੈ ਕਿ ਜਿਹੜਾ ਪੰਜਾਬ ਡੇ ਹੈ ਉਹ ਕਿਸ ਦਿਨ ਮਨਾਇਆ ਜਾਂਦਾ ਹੈ ਉਹ ਮਨਾਇਆ ਜਾਂਦਾ ਹੈ 1st ਆਫ ਨਵੰਬਰ ਨੂੰ ਠੀਕ ਹੈ ਜਾਂ ਫਿਰ ਜਿਹੜਾ ਹਰਿਆਣਾ ਡੇ ਹੈਗਾ ਉਹ ਕਦੋਂ ਮਨਾਇਆ ਜਾਂਦਾ ਹੈ 1st ਆਫ ਨਵੰਬਰ ਨੂੰ ਠੀਕ ਹੈ ਤਾਂ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਠੀਕ ਹੈ 1966 ਇਸ ਦਾ ਰਾਈਟ ਆਨਸਰ کافی इजी ਕੁਐਸਚਨ ਹੈ ਠੀਕ ਹੈ ਕਿਸੇ ਦਾ ਵੀ ਜਿਹੜਾ ਉਹ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਹਾਂਜੀ ਵੈਰੀ ਗੁੱਡ ਦੋਸਤੋ ਇਹਦੇ ਵਿੱਚ ਵੀ ਆਪਾਂ ਨੂੰ ਸਿਰਫ ਉਹੀ ਲਿਖਿਆ ਹੋਇਆ ਹੈ ਠੀਕ ਹੈ ਐਸੇ ਦੇ ਨਾਲ ਦੋਸਤੋ ਆਪਣਾ ਨਵਾਂ ਸਟੇਟ ਹਰਿਆਣਾ ਜਿਹੜਾ ਉਹ ਸੈਪਰੇਟ अलग ਹੋਇਆ ਸੀਗਾ ਪੰਜਾਬ ਤੋਂ ਠੀਕ ਹੈ ਕਿਉਂਕਿ ਜਿਹੜੇ ਆਪਣੇ ਮਤਲਬ ਕਿ ਪੰਜਾਬੀ ਬੋਲਦੇ ਸੀਗੇ ਉਹ ਪੰਜਾਬ 'ਚ ਰਹਿ ਗਏ ਜਿਹੜੇ ਹਿੰਦੀ ਬੋਲਦੇ ਸੀਗੇ ਉਹਨਾਂ ਨੂੰ ਕੀ ਆ ਦੋਸਤੋ ਹਰਿਆਣੇ ਦੇ ਵਿੱਚ ਕੀ ਹੈ ਸ਼ਿਫਟ ਕਰ ਦਿੱਤਾ ਗਿਆ ਮਤਲਬ ਕਿ ਉਹਨਾਂ ਨੂੰ ਕੀ ਹੈ ਇੱਕ ਅਲੱਗ ਤੋਂ ਜਿਹੜਾ ਸਟੇਟ ਹੈ ਉਹ ਬਣਾ ਕੇ ਦਿੱਤਾ ਗਿਆ 1 ਨਵੰਬਰ 1966 ਨੂੰ ਠੀਕ ਹੈ ਤਾਂ ਕਿ ਇਹ ਇਹ ਮਤਲਬ ਕਿ ਲੈਂਗੁਏਜ ਦੇ ਬੇਸ ਤੇ ਕੀ ਹੈ ਮਤਲਬ ਕਿ ਅਲੱਗ ਕੀਤਾ ਗਿਆ ਸੀਗਾ ਠੀਕ ਹੈ ਤਾਂ ਧਿਆਨ ਰੱਖਿਆ ਜੇ ਦੋਸਤੋ ਇਸ ਕੁਐਸਚਨ ਦੇ ਵੱਲ ਆਪਾਂ ਨੂੰ ਕੀ ਆਪਣਾ ਅਨਸਰ ਆਏਗਾ ਆਪਸ਼ਨ ਨੰਬਰ ਬੀ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਜਿਹੜੇ ਅੱਜ ਦੇ ਕੁਸ਼ਨ ਹੈਗੇ ਆ ਉਹਦੇ ਵਿੱਚ ਕੋਈ ਵੀ ਜਿਹੜਾ ਕੋਈ ਵੀ ਮਤਲਬ ਡਾਊਟ ਨਹੀਂ ਹੋਣਾ ਚਾਹੀਦਾ ਠੀਕ ਹੈ ਆਈਦੀ ਕਲਾਸ ਦੇ ਵਿੱਚ ਠੀਕ ਹੈ ਤਾਂ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਟੇਕ ਕੇਅਰ ਗੁੱਡ ਬਾਏ ਗੋਡ ਬlesਸ ਯੂ ਦੋਸਤੋ ਜਿੰਨੇ ਵੀ ਜਣੇ ਦੇਖ ਰਹੇ ਹੋ 164 ਠੀਕ ਹੈ ਸਾਰਿਆਂ ਨੇ ਲਾਈਕ ਕਰਕੇ ਜਾਇਆ ਜੇ ਠੀਕ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਵੀਡੀਓ ਹੈ ਉਹ ਤੁਹਾਡੇ ਲਈ ਬੈਨੀਫੀਸ਼ੀਅਲ ਹੈ ਠੀਕ ਹੈ ਜਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਕੀ ਹੈ ਹੈਲਪ ਕਰ ਰਹੀ ਹੈ ਤੁਹਾਡੀ ਤਿਆਰੀ ਵਿੱਚ ਤਾਂ ਇਹਨੂੰ ਕੀ ਹੈ ਇੱਕ ਲਾਈਕ ਤਾਂ ਬੰਦ ਹੈ ਠੀਕ ਹੈ ਔਰ ਆਪਦੇ ਜਿੰਨੇ ਵੀ ਪਿਆਰੇ ਦੋਸਤ ਅਗੇ ਹੈ ਉਹਨਾਂ ਨਾਲ ਕੀ ਹੈ ਇਸ ਨੂੰ ਸ਼ੇਅਰ ਕਰੋ ਬਾਕੀ ਜਿਹੜੀ ਐਂਟੀਟੀ ਤੇ ਪੰਜਾਬ ਪਟਵਾਰੀ ਦੀ ਬੁੱਕ ਹੈਗੀ ਹੈ ਉਸ ਨੂੰ ਫਟਾਫਟ ਦੋਸਤੋ ਕੀ ਹੈ ਤੁਸੀਂ ਆਰਡਰ ਕਰ ਸਕਦੇ ਹੋ ਤੁਹਾਨੂੰ ਸਾਹਮਣੇ ਤੁਹਾਨੂੰ ਦੱਸਤਾ ਮੈਂ ਕਿ 450 ਦੇ ਵਿੱਚ ਜਿਹੜੀ ਹੈ ਬੁੱਕ ਹੈ ਤੁਹਾਨੂੰ ਅਵੇਲੇਬਲ ਕਰਾਈ ਜਾ ਰਹੀ ਹੈ ਬਾਕੀ ਕੋਆਪਰੇਟਿਵ ਬੈਂਕ ਦਾ ਜਿਹੜਾ ਕੋਰਸ ਹੈਗਾ ਉਹ ਅੱਜ ਤੋਂ ਆਪਣਾ ਲਾਈਵ ਹੋ ਚੁੱਕਿਆ ਹੈ ਠੀਕ ਹੈ ਤੁਸੀਂ ਐਪ ਦੇ ਉੱਪਰ ਜਾ ਕੇ ਕੀ ਹੈ ਉਹਨੂੰ ਬਾਏ ਕਰ ਸਕਦੇ ਹੋ ਠੀਕ ਹੈ ਕੋਆਪਰੇਟਿਵ ਬੈਂਕ ਦਾ ਦੋਸਤੋ ਅਗਰ ਆਪਾਂ ਗੱਲ ਕਰੀਏ ਤਾਂ ਸਿਰਫ 1600 ਰੁਪਏ ਦੇ ਵਿੱਚ ਤੁਹਾਨੂੰ ਕੀ ਹੈ ਜਿਹੜਾ ਕੋਰਸ ਹੈ ਉਹ ਦਿੱਤਾ ਜਾ ਰਿਹਾ ਹੈ ਠੀਕ ਹੈ ਇਸ ਤੋਂ ਘੱਟ ਜਿਹੜੀ ਰਕਮ ਹੈਗੀ ਹੈ ਉਹ ਤੁਹਾਨੂੰ ਕਿਤੇ ਨਹੀਂ ਮਿਲੇਗੀ ਠੀਕ ਹੈ ਤਾਂ ਗਾਈਜ਼ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਠੀਕ ਹੈ ਜਾਣ ਤੋਂ ਪਹਿਲਾਂ ਲਾਈਕ ਕਰਨਾ ਨਾ ਭੁੱਲਿਆ ਜੀ ਔਰ ਨਵਾਂ ਹੀ ਹੋ ਗਿਓ ਚੈਨਲ ਤੇ ਉੱਪਰ ਤਾਂ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਆ ਜੀ ਠੀਕ ਹੈ ਔਰ ਨਾਲ ਦਿੱਤਾ ਹੋਇਆ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਿਆ ਜੀ ਠੀਕ ਹੈ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕਨ ਟਾਈਮ ਟੂ ਟਾਈਮ ਪਹੁੰਚ ਜਾਵੇ ਤਾਂ ਗੁੱਡ ਬਾਏ ਟੇਕ ਕੇਅਰ